ਆਵਾਜ਼ ਹੌਲੀ ਹੌਲੀ ਵਧੂਗੀ ਤੇ ਉਹਨੂੰ ਪਿੱਛੇ ਰੱਖ ਨਹੀਂ ਪਾਉਂਦੇ। ਆਉਂਦੀ ਆ ਬਾਈ, ਬੰਦਾ ਛੋਟਾ ਆ ਤੇ ਬੰਦੇ ਵੱਧ ਕੱਢਣੀ ਪੈਂਦੀ ਆ ਫਿਰ ਚੱਕਰ ਪਏ। ਸੋ ਆਪਾਂ ਸਾਰੇ ਕਿਸਾਨ ਭਰਾ ਇੱਥੇ ਇਕੱਠੇ ਹੋਏ ਹਾਂ ਤੇ ਖੇਤੀ ਕਰਦੇ ਹੋਏ ਆਪਾਂ ਨੂੰ ਇਹ ਗੱਲ ਚੰਗੀ ਤਰ੍ਹਾਂ ਧਿਆਨ 'ਚ ਕਿ ਪਿਛਲੇ ਕਈ ਵਰ੍ਹਿਆਂ ਤੋਂ ਖੇਤੀ ਜਿਹੜੀ ਹੈਗੀ ਆ ਕਿਸਾਨ ਲਈ ਗਲੇ ਪਿਆ ਢੋਲ ਬਣੀ ਹੋਈ ਹੈ। ਨਾ ਤਾਂ ਲਾਭ ਆ ਰਿਹਾ ਅਤੇ ਨਾ ਬਚਾ ਪਾ ਰਿਹਾ, ਮਜਬੂਰੀ 'ਚੋਂ ਬਚਾਉਣਾ ਪੈ ਰਿਹਾ। ਇਹ ਗੱਲ ਸਹੀ ਆ ਕਿ ਗਲਤ ਆ? ਹੁਣ ਮੈਨੂੰ ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਨੂੰ ਆਪਾਂ ਮੰਨਦੇ ਹਾਂ, ਉਹਨਾਂ ਨੇ ਖੇਤੀ ਬਾਰੇ ਕੀ ਕਿਹਾ ਸੀ? ਉੱਤਮ ਖੇਤੀ ਮਾਧਿਅਮ ਵਪਾਰ, ਉੱਤਮ ਖੇਤੀ ਮੱਧ ਵਪਾਰ, ਨਖਿੱਧ ਚਾਕਰੀ ਭੀਕ ਵਪਾਰ। ਜਿਹੜੀ ਖੇਤੀ ਨੂੰ ਗੁਰੂ ਨਾਨਕ ਸਾਹਿਬ ਉੱਤਮ ਕਹਿ ਕੇ ਗਏ ਆ, ਉਹ ਸਾਡੇ ਗਲੇ ਪਿਆ ਢੋਲ ਕਿਵੇਂ ਬਣ ਗਈ? ਇਹ ਇੱਕ ਵੱਡਾ ਸਵਾਲ ਹੋਣਾ ਚਾਹੀਦਾ ਕਿ ਨਹੀਂ? ਗੁਰੂ ਨਾਨਕ ਝੂਠ ਬੋਲ ਕੇ ਗਏ ਆ ਕਿ ਆਪਾਂ ਕੁਝ ਗੁਲਾਮੀਆਂ ਕਰਦੀਆਂ ਸਿਸਟਮ ਹੀ ਹਲਾਤਾ ਵਾਪਰਦਾ? ਗੁਰੂ ਨਾਨਕ ਸਾਹਿਬ ਨੇ ਖੇਤੀ ਨੂੰ ਉੱਤਮ ਕਿਹਾ ਤੇ ਖੇਤੀ ਰਹਿੰਦੀ ਦੁਨੀਆਂ ਤੱਕ ਉੱਤਮ ਹੀ ਹੈ। ਤੁਸੀਂ ਕਾਰਖਾਨੇ ਦੇ ਵਿੱਚ ਭੱਠੀ 'ਚ ਲੋਹਾ ਪਾਇਆ, ਲੋਹੇ ਨੂੰ ਢਾਲ ਕੇ ਲੋਹੇ ਤੋਂ ਗਾਡਰ ਬਣਾਇਆ, ਇੱਕ ਕੁਇੰਟਲ ਲੋਹਾ ਪਾਇਆ ਭੱਠੀ 'ਚ ਗਾਲਿਆ ਮਸ਼ੀਨ 'ਚੋਂ ਕੱਢਿਆ, ਕਿੰਨਾ ਲੋਹਾ ਬਚੂਗਾ ਗਾਡਰ ਦੇ ਰੂਪ 'ਚ? ਕੁਇੰਟਲ ਕਿ ਇੱਕ ਕੁਇੰਟਲ ਇੱਕ ਕਿਲੋ ਕਿ 97-98 ਕਿਲੋ? ਦੱਸੋ ਘਟੂਗਾ ਕਿ ਵਧੂਗਾ? ਹੈ ਚਲੋ ਠੀਕ ਹੈ, ਮਤਲਬ ਘਟੂਗਾ ਕਹਿੰਦਾ ਇਹ ਪੁੱਛਦਾ, ਘਟੂਗਾ ਨਾ? ਇੱਕ ਦਾਣਾ ਕਣਕ ਦਾ ਜ਼ਮੀਨ ਤੇ ਪਾਤਾ ਮਿੱਟੀ 'ਚ, ਇੱਕ ਦਾਣੇ ਕਣਕ ਤੋਂ ਕਿੰਨੇ ਦਾਣੇ ਬਣਾਉਂਦੀ ਆ ਜ਼ਮੀਨ? 90 ਦਾਣੇ। ਕਿੰਨੀਆਂ ਬੱਲੀਆਂ? 40-40 ਸਾਖਾਂ ਸੀਗੀਆਂ ਮੇਰੇ ਪਿਛਲੇ ਵੇਲੇ। ਇੱਕ ਬੱਲੀ 'ਚ 50 ਦਾਣੇ ਘੱਟੋ ਘੱਟ ਤੇ 10 ਬੱਲੀਆਂ ਤਾਂ ਹੁੰਦੀਆਂ ਹੀ ਆ ਤੁਹਾਡੇ ਵਾਲੇ ਸਿਸਟਮ 'ਚ ਜਿਹੜੀ ਸੰਘਣੀ ਬੀਜਦੇ ਆ, 10 ਬੱਲੀਆਂ ਤਾਂ ਬਣਾਉਂਦੀ ਆ। ਜੇ ਮੇਰੇ ਵਾਲੇ ਸਿਸਟਮ 'ਚ ਬੀਜੋਗੇ ਤਾਂ 40 ਬੱਲੀਆਂ ਵੀ ਬਣਨਗੀਆਂ, ਤੇ ਜੇ 10 ਬੱਲੀਆਂ ਬਣੀਆਂ ਤਾਂ ਇੱਕ ਦਾਣੇ ਤੋਂ ਕਿੰਨੇ ਦਾਣੇ ਬਣ ਗਏ? 500। ਕੋਈ ਹੈ ਕਾਰਖਾਨਾ ਜਿਹੜਾ ਇੱਕ ਦਾ 500 ਬਣਾਵੇ? ਨਹੀਂ। ਤੁਹਾਡੀ ਜ਼ਮੀਨ ਉਹ ਕਰ, ਤੁਹਾਨੂੰ ਆਪਣੀ ਤਾਕਤ ਨਹੀਂ ਪਤਾ, ਤੁਹਾਨੂੰ ਜ਼ਮੀਨ ਦੀ ਤਾਕਤ ਨਹੀਂ ਪਤਾ ਤੇ ਤੁਸੀਂ ਕਰਦੇ ਹੋ ਖੇਤੀ, ਇਸੇ ਕਰਕੇ ਨੁਕਸਾਨ ਆ। ਜਿਹੜਾ ਬੰਦਾ ਖੇਤੀ ਕਰਦਾ ਉਹਨੂੰ ਖੇਤੀ ਆਉਣੀ ਚਾਹੀਦੀ ਹੈ। ਖੇਤੀ ਕਰਨਾ ਤੇ ਖੇਤੀ ਆਉਣਾ ਦੋ ਅੱਡੋ ਅੱਡ ਗੱਲਾਂ। ਜਿਹੜਾ ਕੰਮ ਜਿਹੜਾ ਕੁਝ ਆਪਾਂ ਖੇਤੀ ਕਰਦੇ ਹੋਏ ਕਰਦੇ ਹਾਂ, ਵਾਹਣ ਵਾਹ ਲਿਆ, ਵਾਹਣ ਬੀਜ ਲਿਆ, ਪਾਲ ਲਿਆ, ਫਸਲ ਵੱਢ ਲਈ, ਵੱਢਣ ਤੋਂ ਬਾਅਦ ਕੀ ਕਰਦੇ? ਵੇਚਣ ਜਾਂਦੇ ਆ ਕਿ ਸੁੱਟਣ? ਇੱਕ ਮਿੰਟ ਨਾ ਚੁੱਪ ਕਰਕੇ ਸੁਣ ਲਓ, ਰੌਲਾ ਨਾ ਪੱਕੋ, ਸੁਣ ਸਰ ਆਵਾਜ਼ ਵਧੀਆ ਨਹੀਂ ਆਉਂਦੀ, ਗੱਲ ਕੀਮਤੀ ਹੈ ਅਤੇ ਜੇ ਕੋਈ ਗੱਲ ਕਰਨੀ ਪਿੱਛੇ ਹੋ ਕੇ ਕਰ ਲਿਓ, ਜਿਹੜੇ ਜਿਵੇਂ ਰੌਲਾ ਪਾਈ ਜਾਂਦੇ ਉਹ ਸਾਰਾ ਕੰਮ ਸਿਸਟਮ ਹੀ ਹਿੱਲ ਜਾਂਦਾ। ਹੋਰ ਫਸਲ ਪਾਲ ਪੋਸ ਕੇ ਵੱਢ ਕੇ ਵੇਚਣ ਜਾਂਦੇ ਹੁੰਦੇ ਆ ਕਿ ਸੁੱਟਣ? ਹੈ ਕਿਸੇ ਨੂੰ ਪੁੱਛ ਲਓ ਟਰਾਲੀ ਵਾਲੇ ਨੂੰ ਕਿੱਧਰ ਚੱਲਿਆ ਫਿਰ ਕਣਕ ਸੁੱਟਣ, ਕਿੱਧਰ ਚੱਲਿਆ ਝੋਨਾ ਸੁੱਟਣ, ਤੇ ਫਿਰ ਕਹਿੰਦੇ ਖੇਤੀ ਮਾੜੀ ਹੈ। ਜਿਹੜੀ ਚੀਜ਼ ਆਪਾਂ ਸੁੱਟਣ ਜਾਵਾਂਗੇ ਉਹਦਾ ਮੁੱਲ ਮਿਲੂ? ਨਹੀਂ। ਤੇ ਜਿਹੜੀ ਵੇਚਣ ਜਾਵਾਂਗੇ ਮਿਲੂ? ਜੀ ਅੱਛਾ, ਵੇਚਣ ਜਾਣੀ ਪੈਂਦੀ ਹੁੰਦੀ ਹੈ ਕਿ ਲੈਣ ਆ ਜਾਂਦਾ ਹੁੰਦਾ ਅਗਲਾ? ਲੈਣ ਵੀ ਆਉਂਦੇ, ਜਿੱਦਾਂ ਵਪਾਰੀ ਬਣ ਗਏ ਲੋਕ ਖਰੀਦਣ ਆਉਣਗੇ, ਤੇ ਜਿੰਨਾ ਚਿਰ ਆਹ ਕੁਛ ਬਣੇ ਰਹੋਗੇ ਸੁੱਟਣ ਵਾਲੇ, ਗੋਹਾ ਵੀ ਸੁੱਟਣ ਜਾਂਦੇ ਆ ਤੇ ਕਣਕ ਵੀ ਸੁੱਟਣ ਜਾਂਦੇ ਆ, ਹੈ ਤੇ ਫਿਰ ਗੋਹੇ ਤੇ ਕਣਕ 'ਚ ਕੀ ਫਰਕ ਰਹਿ ਗਿਆ ਬਾਈ? ਖਾਲਿਆ ਕਰੀਏ ਕਿ ਨਹੀਂ? ਸੁੱਟਣ ਵਾਲੀ ਚੀਜ਼ ਉਹ ਆ, ਸੁੱਟਣ ਵਾਲੀ ਕਣਕ ਆ,
फर्क तो है नहीं कोई तो आपदिया जड़िया इतने भुंडिया फसिया हुई आपकी समझ का दायरा वड्डा करो आपकी शब्दावली बदलो शब्द जोड़े है वो बंदे का भविख के जीवन की दशा दिशा तय कर देंगे शब्दों की खेड होंगी है सारी तो शब्दों नाल दिमाग घुमाए जाते हैं जिदे मेरे परदादे नू किसी ने कहा सी भी आ दवाई छिड़क ला ठंडी मर जूगी वो दवाई की थां ते ये कह दिंदा भी आ जहर छिड़क ला ठंडी मर जूगी मेरा परदादा तो दवाई फड़दा दवाई ते जहर च फर्क होंदा है दवाई पियोगे तो मरते हुए भी बच सकते हो तो जहर पियोगे तो चंगे भले मर जाओगे तो जिहड़ा कोई तुसीं छिड़कदे आ खेतां च वो मारन वास्ते छिड़कदे आ कि बचाउण वास्ते है किहनूं मारन वास्ते बई कीड़िआं नूं मारन वास्ते अज कल कौण है अज कल किहने तुहाडी भूतनी पलाई होई आ है गुलाबी सुंडी ने अजा वेख लो भी गुरु की अड़ी कृपा चाहे जो मर्जी हो जाए साडे बंदे हथ नूं नहीं आ यही साडी ताकत है जिदा वड्डा मर्जी संकट आ जाए असी उस संकट के नाल खिड़े मत्थे ते चढ़दे आ हुण गुलाबी सुंडी ऐतकी तबाही मचा के निकल रही है पर असी थोड़े जिहे थिड़के जरूर होवांगे परेशान जरूर होए होवांगे पर असी हौसला छड्डण वाले नहीं हैगे ते छड्डना भी नहीं हौसला ठीक है भाई हौसला छड्डना भी नहीं ये जिहड़े कीड़े आ ये आउंदे आ फसलां ते कई वारी नुकसान करदे आ ये कीड़े जिहड़े हैगे आ उसे सिस्टम का हिस्सा जिहड़े सिस्टम नूं सरबत कहा गुरबाणी ने की कहा सरबत 84 लाख जूना दे विच्चों ये भी कुछ जूना ते गुरबाणी आपां पढ़दे आ सुणदे तां होवां जी कदे माड़ी मोटी पढ़ी भी होनी है एक ना शब्द जा तू मेरे वल है ता क्या मोह शब्द ता क्या मोह शब्द तुद सब कुछ मैनू सौंपिया जा तेरा बंदा बंदा लख उहदे विच अगे लिखिया लख भी कोट न आवे खाए खर्च रहंदा लख 84 मेघनी सब सेव करंदा मतलब 84 दियां 84 लख जूना मनुख दी सेवा च मनुख कौन आ परमात्मा दा रूप है कहिंदे परमात्मा ने जदों सृष्टि बना ली तां उस सृष्टि दा संचालन करन वास्ते धरती दे उत्ते उहने आपदी शकल दे के बंदे नूं भेजिया हुण बंदा जदों धरती ते आया वह शैतान के धक्के चढ़ गया शैतानियां करन लग गया ठीक है तो जिहड़ी सारी दी सारी सृष्टि आ वह परमात्मा ने साजी तो सृष्टि का काम की आदि सेवा करना उहदा रूप कौन है मनुख तो सारी दी सारी सृष्टि मनुख की सेवा च हुण चक्कर यह है भी पिंडां दे विच आम तौर पर यह होंदा कई घरां दे बारे भी मुंडा नूं तां बड़े चंगे है बुढ़े बुढ़ी नूं सेवा नहीं करवाउणी आउंदी हुंदा कि नहीं हुंदा कई बुढ़े बुढ़ी हुंदे आ भी भाई इहनां नूं सेवा नहीं करवाउणी आउंदी सही गल आ कि गलत अपना भी उही हाल है सेवा च 84 लख जूना पर आपां नूं करवाउणी नहीं करवाउणी नहीं आउंदी ये जिहड़े कीड़े आ ये दो तरह नाल एक शाकाहारी एक मांसाहारी शाकाहारी कीड़ियां का काम है तुहाडे जिन्नी भी धरती ते वैजीटेशन आ मतलब बनस्पति है घा फसलां रुख बूटे झाड़ियां इन्हां तो खुराक लैके आप दियां अगलियां पीढ़ियां लैके आ सारिआं दा एक ही मकसद है सृष्टि दे विच आपदा वंश वधाउणा
ਮਨੁੱਖ ਦਾ ਵੀ ਤੇ ਕੀਟ ਪਤੰਗਾਂ ਦਾ ਵੀ ਜਾਨਵਰਾਂ ਦਾ ਵੀ ਠੀਕ ਆ ਉਹ ਵੰਸ਼ ਵਧਾਉਣ ਵਾਸਤੇ ਕੀ ਚਾਹੀਦੀ ਹੈ ਖੁਰਾਕ ਖੁਰਾਕ ਕਿੱਥੋਂ ਆ ਰਹੀ ਹੈ ਸ਼ਾਕਾਹਾਰੀ ਦੀ ਖੁਰਾਕ ਆਊਗੀ ਰੁੱਖ ਬੂਟਿਆਂ ਦਾ ਹੂਸ ਤੋਂ ਹਰੇ ਤੋਂ ਤੇ ਮਾਸਾਹਾਰੀ ਦੀ ਕੀੜੇ ਮਾਸ ਤੋਂ ਠੀਕ ਤਾਂ ਕੀੜੇ ਦੋ ਤਰ੍ਹਾਂ ਦੇ ਇੱਕ ਸ਼ਾਕਾਹਾਰੀ ਤੇ ਦੂਜੇ ਮਾਸਾਹਾਰੀ ਗੁਰਬਾਣੀ 'ਚ ਕਿਤੇ ਲਿਖਿਆ ਪਹਿਲਾਂ ਬਣੀ ਪ੍ਰਾਲਭਤ ਪਾਛੇ ਬਣਾ ਸਰੀਰ ਪਹਿਲਾਂ ਪਰਮਾਤਮਾ ਖੁਰਾਕ ਦਾ ਬੰਦੋਬਸਤ ਕਰਦਾ ਤੇ ਫਿਰ ਖਾਣ ਵਾਲਿਆਂ ਨੂੰ ਭੇਜਦਾ ਇਹ ਗੁਰਬਾਣੀ ਦੇ ਵਿੱਚ ਕਿਤੇ ਲਿਖਿਆ ਹੋਇਆ ਹੁਣ ਕੀੜੇ ਜਿਹੜੇ ਹੈਗੇ ਆ ਉਹ ਤੁਹਾਡੀ ਫਸਲ ਦੇ ਉੱਤੇ ਦੋ ਤਰ੍ਹਾਂ ਨਾਲ ਆਉਂਦੇ ਆ ਪਹਿਲਾ ਪ੍ਰਕਾਰ ਆ ਆਉਣਾ ਤੇ ਦੂਜੀ ਪ੍ਰਕਾਰ ਹੈ ਚੜ੍ਹ ਕੇ ਆਉਣਾ ਹੁਣ ਦੱਸੋ ਨੁਕਸਾਨ ਕਾਹਦੇ ਨਾਲ ਹੋਊਗਾ ਹੈਜੀ ਚੜ੍ਹ ਕੇ ਆਉਣ ਨਾਲ ਇੱਕ ਆਮਦ ਇੱਕ ਹਮਲਾ ਤੁਸੀਂ ਆਏ ਹੋ ਕਿ ਚੜ੍ਹ ਕੇ ਆਏ ਹੋ ਜੇ ਆਏ ਹਾਂ ਆਪਾਂ ਇੱਥੇ ਸਾਰੇ ਤਾਂ ਆਹ ਕੈਂਪ ਲੱਗਿਆ ਹੋਇਆ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹਾਂ ਤੇ ਖੁਸ਼ਗਵਾਰ ਮਾਹੌਲ ਹੈ ਤੇ ਜੇ ਚੜ੍ਹ ਕੇ ਆਏ ਹੁੰਦੇ ਹੈ ਕਿਧਰੇ ਪੰਜਾਬ ਵਾਲੇ ਕਿਧਰੇ ਬਾਬੇ ਵਾਲੇ ਕਿਧਰੇ ਦਬੜੀ ਖਾਨੇ ਵਾਲਾ ਇੱਥੇ ਸਾਰਿਆਂ ਦੇ ਖਿਚੜੀਆਂ ਤਰੇਲੇ ਹੋ ਜਾਣੇ ਸੀ ਕਿ ਨਹੀਂ ਆਉਣ ਵਾਸਤੇ ਕਾਰਨ ਕੁਝ ਹੋਰ ਤੇ ਚੜ੍ਹ ਕੇ ਆਉਣ ਵਾਸਤੇ ਕਾਰਨ ਕੁਝ ਹੋਰ ਹੈ ਤੁਹਾਨੂੰ ਸੱਦਾ ਲਾਇਆ ਗਿਆ ਪਿਆਰ ਨਾਲ ਵੀ ਭਾਈ ਫਲਾਨੇ ਦਿਨ ਫਲਾਨੇ ਥਾਂ ਫਲਾਨੇ ਪਿੰਡ ਕੈਂਪ ਉੱਥੇ ਕੁਦਰਤੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਊਗੀ ਤਾਂ ਇਹ ਤੁਹਾਡੇ ਇੱਥੇ ਆਉਣ ਦਾ ਕਾਰਨ ਬਣ ਗਿਆ ਤੇ ਜੇ ਤੁਹਾਨੂੰ ਸੱਦਾ ਦਿੱਤਾ ਹੋਇਆ ਦਿੱਤਾ ਹੁੰਦਾ ਵੀ ਆ ਜਾਓ ਬਾਈ ਨੂੰ ਵੇਖਾਂਗੇ ਬੋਧੂ ਮੰਦਰ 'ਚ ਫਿਰ ਕਿਵੇਂ ਹੋਣੀ ਸੀ ਬਾਈ ਠੀਕ ਹੈ ਉਵੇਂ ਹੀ ਕੀੜੇ ਆ ਬਈ ਜੇ ਆਉਂਦੇ ਆ ਤਾਂ ਕੋਈ ਨੁਕਸਾਨ ਨਹੀਂ ਜੇ ਚੜ੍ਹ ਕੇ ਆਉਂਦੇ ਆ ਤਾਂ ਨੁਕਸਾਨ ਆ ਆਉਣ ਦਾ ਵੀ ਕਾਰਨ ਆ ਤੇ ਚੜ੍ਹ ਕੇ ਆਉਣ ਦਾ ਵੀ ਕਾਰਨ ਆ ਆਉਣ ਦਾ ਕਾਰਨ ਆ ਉਹਦੀ 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 ਲੋੜ ਬੁਲਾਉਣਾ ਬੁਲਾਉਂਦਾ ਬੁੱਢਾ ਠੀਕ ਹੈ ਵੀ ਉਹਨੂੰ ਖੁਰਾਕ ਚਾਹੀਦੀ ਹੈ ਤੇ ਉਹਨੇ ਉਹ ਖੁਰਾਕ ਲੈ ਕੇ ਆਉਂਦਾ ਪੀੜ੍ਹੀਆਂ ਅੱਗੇ ਵਧਾਉਣੀਆਂ ਠੀਕ ਹੈ ਤੇ ਉਹ ਕੁਦਰਤ ਦੇ ਸਿਸਟਮ 'ਚ ਆਇਆ ਆਪਦਾ ਹਿੱਸਾ ਲੈ ਕੇ ਜਾਊਗਾ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਕੌਣ ਆਇਆ ਕਦੋਂ ਆਇਆ ਤੇ ਕਦੋਂ ਚਲਾ ਗਿਆ ਤੁਹਾਡੀ ਫਸਲ ਵੀ ਆਉਂਦੀ ਹੋਵੇ ਪਰ ਜੇ ਚੜ੍ਹ ਕੇ ਆਊਗਾ ਕਰਤੇ ਬਾਈ ਤੇ ਫਿਰ ਗੁਲਾਬੀ ਸੁੰਡੀ ਵਾਲਾ ਸਾਹਿਬ ਹੋ ਜੂਗਾ ਸਮਝ ਗਏ ਹਮਲੇ ਦੇ ਵਿੱਚ ਨੁਕਸਾਨ ਹੈ ਕੀੜੇ ਦਾ ਵੀ ਤੁਹਾਡਾ ਜ਼ਿਆਦਾ ਹੈ ਤੁਸੀਂ ਸੱਤ ਸੱਤ ਦਸ ਦਸ ਸਪਰੇਆਂ ਕਰ ਚੁੱਕੇ ਗੁਲਾਬੀ ਸੁੱਟੀ ਪਾ ਲਈ ਨਹੀਂ ਨਰਮਾ ਵੀ ਗਿਆ ਤੇ ਜੇਬ ਚੋਂ ਪੈਸੇ ਵੀ ਗਏ ਸੁੰਡੀ ਮਾਰਨ ਵਾਸਤੇ ਜਿਹੜੇ ਕੱਢੇ ਜਿਹੜਾ ਨਰਮਾ ਖਰੀਦਣ ਬੀਜ ਖਰੀਦਣ ਤੇ ਬੀਜਣ ਵਾਸਤੇ ਪੈਸੇ ਗਏ ਉਹ ਵੱਖਰੇ ਆ ਠੀਕ ਹੈ ਹੁਣ ਤੁਹਾਡੇ ਖੇਤ 'ਚ ਸੁੰਡੀ ਦਾ ਹਮਲਾ ਐਡਾ ਵੱਡਾ ਕਿਉਂ ਹੋਇਆ ਸਵਾਲ ਇਹ ਆ ਇਹਦਾ ਜਵਾਬ ਜਦੋਂ ਤੁਹਾਨੂੰ ਪਤਾ ਹੋਏਗਾ ਫਿਰ ਅਸੀਂ ਆਪਦੀਆਂ ਫਸਲਾਂ ਨੂੰ ਕੀੜਿਆਂ ਦੇ ਹਮਲੇ ਤੋਂ ਜਿਹੜਾ ਹੈਗਾ ਕੁਦਰਤੀ ਤਰੀਕੇ ਨਾਲ ਹੀ ਬਚਾ ਸਕਦੇ ਹਾਂ ਜਿੱਟ ਸਕਦੇ ਹਾਂ ਹਮਲੇ ਦਾ ਹੁਣ ਕੀੜਾ ਆਉਂਦਾ ਕਿਉਂ ਹੈ ਉਹਦੇ ਪਿੱਛੇ ਸਭ ਤੋਂ ਵੱਡੀ ਚੀਜ਼ ਆ ਜਿਹੜੀ ਉਹ ਹੈਗਾ ਸਾਡਾ ਅਗਿਆਨ ਖੇਤੀ ਨੂੰ ਲੈ ਕੇ ਸਾਡੀ ਨਾ ਸਮਝੀ ਸਾਡੀ ਘੱਟ ਸਮਝ ਉਹ ਸਭ ਤੋਂ ਵੱਡਾ ਕਾਰਨ ਪਾਣੀ ਠੀਕ ਹੈ ਉਹ ਸਭ ਤੋਂ ਵੱਡਾ ਕਾਰਨ ਆ ਜਿਹੜੇ ਜ਼ਹਿਰ ਤੁਸੀਂ ਫਸਲ ਦੇ ਉੱਤੇ ਛਿੜਕਦੇ ਹੋ ਵਿਗਿਆਨਕ ਕਹਿੰਦੇ ਆ ਉਹਦਾ ਨਾਲੇ 90% ਹਵਾ ਪਾਣੀ ਤੇ ਮਿੱਟੀ 'ਚ ਘੁਲ ਜਾਂਦਾ ਕਾਹਦੇ 'ਚ ਜਿਹੜਾ ਜ਼ਹਿਰ ਆਪਾਂ ਕੀੜੇ ਨੂੰ ਮਾਰਨ ਵਾਸਤੇ ਫਸਲ ਦੇ ਉੱਤੇ ਛਿੜਕਦੇ ਹਾਂ ਉਹਦਾ 99% ਕਿੱਧਰ ਗਿਆ ਹਵਾ ਪਾਣੀ ਤੇ ਮਿੱਟੀ 'ਚ ਤੇ ਕੀੜੇ ਕੋਲੇ ਕਿੰਨਾ ਗਿਆ ਤੁਸੀਂ 1 ਲੀਟਰ ਜ਼ਹਿਰ 1 ਕਿਲੋ ਤੇ ਛਿੜਕੀ 1 ਲੀਟਰ ਦਾ 1% ਕਿੰਨਾ ਬਣੂ
ਜੀ 10 ml ਤੇ ਕੀੜੇ ਤੇ ਕਿੰਨੀ ਗਈ 10 ml ਠੀਕ ਤੇ ਗਾਂ ਜਿਹੜਾ ਕੀੜਾ ਉਹਦੀ ਖਾਸੀਅਤ ਕੀ ਹੈ ਜਿਹਨਾਂ ਕੀੜਿਆਂ ਨੇ ਮਤਲਬ ਪਏ ਉਹਨਾਂ ਦੀ ਖਾਸੀਅਤ ਕੀ ਆ ਕੀੜੇ ਜਿਹੜੇ ਹੈਗੇ ਆ ਉਹਨਾਂ ਦਾ ਜੀਵਨ ਕਾਲ ਬਹੁਤ ਛੋਟਾ ਹੁੰਦਾ ਸ੍ਰਿਸ਼ਟੀ ਦੇ ਵਿੱਚ ਜਿੰਨੀ ਛੋਟੀ ਦੇਖਣ ਦੇ ਵਿੱਚ ਆਕਾਰ ਦੇ ਵਿੱਚ ਜਿੰਨੀ ਛੋਟੀ ਤੇ ਜਿੰਨੀ ਘੱਟ ਲਾਈਫ ਹੋਊਗੀ ਉਹ ਉਨੀ ਤੇਜ਼ੀ ਨਾਲ ਮਿਊਟੈਂਟ ਹੁੰਦੀ ਹੈ ਕੀ ਹੁੰਦੀ ਹੈ ਉਹਦਾ ਵਾਧਾ ਉਹਦੀ ਤੇਜ਼ੀ ਨਾਲ ਹੁੰਦਾ ਕਿ ਉਹ ਜਿਹੜੀਆਂ ਵਿਰੋਧੀ ਪਰਿਸਥਿਤੀਆਂ ਹੁੰਦੀਆਂ ਵਿਰੋਧੀ ਹਾਲਤ ਹੁੰਦੇ ਆ ਉਹਨਾਂ ਹਾਲਤਾਂ ਦੇ ਖਿਲਾਫ ਉਨੀ ਤੇਜ਼ੀ ਨਾਲ ਆਪਣੇ ਆਪ ਨੂੰ ਖੜਾ ਕਰ ਲੈਂਦੇ ਠੀਕ ਹੈ ਤੁਸੀਂ ਜਦੋਂ ਸਪਰੇਅ ਕੀਤੀ ਤੁਹਾਡੇ ਖੇਤ ਦੇ ਵਿੱਚ 100 ਕੀੜੇ ਸੀ ਸਪਰੇਅ ਕਰਨ ਨਾਲ 100 ਦੇ 100 ਮਰ ਜਾਣਗੇ ਨਹੀਂ ਮਰਨਗੇ 5 ਬਚ ਗਏ ਕਿੰਨੇ ਬਚ ਗਏ 5 ਇਹ 5 ਉਹ ਹੈ ਜਿਨ੍ਹਾਂ ਦੇ ਸਪਰੇਅ ਦਾ ਅਸਰ ਨਹੀਂ ਹੋਇਆ ਕੀ ਨਹੀਂ ਹੋਇਆ ਇਹ ਸਪਰੇਅ ਨੂੰ ਝੱਲ ਗਏ ਹੁਣ ਇਹਨਾਂ 5 ਨੇ ਅਗਲੀ ਪੀੜ੍ਹੀ ਜਿਹੜੀ ਲੈ ਕੇ ਆਉਣੀ ਹੈ ਉਹਦੇ ਉੱਤੇ ਤੁਹਾਡੀ ਉਸ ਸਪਰੇਅ ਦਾ ਅਸਰ ਨਹੀਂ ਹੋਊਗਾ ਤੁਹਾਨੂੰ ਉਦੋਂ ਤੇਜ਼ ਲੈ ਕੇ ਆਉਣੀ ਪਊਗੀ ਉਸ ਤੇਜ਼ ਦੇ ਵਿੱਚੋਂ ਦਾ ਸਪਰੇਅ ਕਰਨ ਦੇ ਬਾਵਜੂਦ ਉਸ ਅਗਲੀ ਪੀੜ੍ਹੀ ਚੋਂ ਕੁਝ ਫੇਰ ਬਚ ਜਾਣਗੇ ਤੇ ਜੇ ਜ਼ਹਿਰਾਂ ਨਾਲ ਕੀੜੇ ਮਰਦੇ ਹੁੰਦੇ ਤੇ ਤੁਹਾਡਾ ਖਹਿੜਾ ਛੁੱਟਦਾ ਹੁੰਦਾ ਕੀੜਿਆਂ ਤੋਂ ਤਾਂ ਜਿੱਦੇ ਪਹਿਲੀ ਸਪਰੇਅ ਕੀਤੀ ਸੀ ਜ਼ਹਿਰ ਦੀ ਉਸ ਤੋਂ ਬਾਅਦ ਦੂਜੀ ਕਰਨ ਦੀ ਲੋੜ ਪੈਣੀ ਚਾਹੀਦੀ ਸੀ ਨਹੀਂ ਤੁਸੀਂ ਇੱਕ ਨੀ ਅਨੇਕ ਨੀ ਲੱਖਾਂ ਸਪਰੇਆਂ ਕਰਤੀਆਂ ਪਿਛਲੇ 45 ਸਾਲਾਂ ਚ ਪਹਿਲੀ ਪੀੜ੍ਹੀ ਦਾ ਜ਼ਹਿਰ ਦੂਜੀ ਪੀੜ੍ਹੀ ਦਾ ਜ਼ਹਿਰ ਤੀਜੀ ਪੀੜ੍ਹੀ ਦਾ ਜ਼ਹਿਰ ਚੌਥੀ ਪੀੜ੍ਹੀ ਦਾ ਜ਼ਹਿਰ ਪੰਜਵੀਂ ਪੀੜ੍ਹੀ ਦਾ ਜ਼ਹਿਰ ਤੇ 6ਵਾਂ ਬੀਟੀ ਕਾਟਨ ਲੈ ਕੇ ਆ ਗਈ ਹੋ ਗਿਆ ਹੱਲ ਲੱਗਣੋਂ ਹਟ ਗਏ ਕੀੜੇ ਫਸਲਾਂ ਨੂੰ ਜ਼ਹਿਰਾਂ ਛਿੜਕਦੇ ਛਿੜਕਦੇ ਕੀੜੇ ਨਹੀਂ ਮਰੇ ਕੀੜਿਆਂ ਨੂੰ ਮਾਰਨ ਵਾਲੇ ਮਰਨ ਲੱਗ ਗਏ ਸਹੀ ਗੱਲ ਆ ਕਿ ਗਲਤ ਬਿਲਕੁਲ ਤੁਸੀਂ ਜਿਹੜੀ ਬੈਲਟ 'ਚ ਬੈਠੇ ਆ ਇਸ ਬੈਲਟ ਦੇ ਵਿੱਚ ਨਰਮਾ ਪੱਟੀ ਦੇ ਵਿੱਚ ਆਤਮ ਹੱਤਿਆਵਾਂ ਸਭ ਤੋਂ ਜ਼ਿਆਦਾ ਆ ਗੱਲ ਗਲਤ ਆ ਕਿ ਸਹੀ ਆ ਅਸੀਂ ਤਾਂ ਕੀੜੇ ਮਾਰਨ ਗਏ ਸੀ ਤੇ ਸਾਨੂੰ ਕੀ ਲੋੜ ਪੈ ਗਈ ਸੀ ਪਰ ਬਾਈ ਉਹੀ ਜ਼ਹਿਰ ਪੀ ਕੇ ਮਾਰਨ ਦੀ ਮੈਂ ਉਹਨਾਂ ਘਰਾਂ 'ਚ ਗਿਆ ਜਿਨ੍ਹਾਂ ਦਾ ਇਕੱਲਾ ਇਕੱਲਾ ਪੁੱਤ ਜਦੋਂ ਨਰਮਾ ਚਿੱਟੇ ਮੱਛਰ ਨੇ ਨਿਬੇੜਤਾ ਬਠਿੰਡੇ ਜ਼ਿਲ੍ਹੇ ਦੇ ਵਿੱਚ ਉਹ ਮੁੰਡਾ ਜਾਇਆ ਕਰੇ ਖੇਤ ਤੇ ਆਪਦੀ ਬੀਬੀ ਨੂੰ ਕਿਹਾ ਕਰੇ ਬੀਬੀ ਐਤਕੀ ਨਰਮਾ ਬਹੁਤ ਘੈਂਟ ਹੈ ਜਿਵੇਂ ਐਤਕੀ ਵੀ ਘੈਂਟ ਸੀ ਤੇ ਉਹਨੇ ਆਪਦੀ ਭੈਣ ਦਾ ਵਿਆਹ ਕੀਤਾ ਸੀ ਉਹਦੇ ਤੇ ਪੈਸੇ ਲੱਗੇ ਵਿਆਹ ਤੋਂ ਪਹਿਲਾਂ ਮਾੜਾ ਮੋਟਾ ਘਰ ਦੀ ਚੂਕਾ ਪਾਕੀ ਕਰਨੀ ਹੁੰਦੀ ਹੈ ਉਹਦੇ ਤੇ ਪੈਸੇ ਲੱਗੇ ਕਰਜ਼ਾ ਚੜ੍ਹ ਗਿਆ 8-10 ਲੱਖ ਰੁਪਇਆ ਉਹ ਕਹਿ ਕਰੇ ਬੀਬੀ ਐਤਕੀ ਨਰਮਾ ਬਹੁਤ ਸੋਹਣਾ ਤੇ ਨੇੜੇ ਕਰ ਦਿਆਂਗੇ ਕਰਜ਼ੇ ਵਾਲਾ ਜਿਹੜਾ ਕੰਮ ਆ ਫਿਰ ਆ ਗਿਆ ਚਿੱਟਾ ਮੱਛਰ ਮੁੰਡਾ ਖੇਤ ਜਾਇਆ ਕਰੇ ਸਪਰੇਅ ਕਰ ਆਇਆ ਕਰੇ ਮੁੜ ਆਇਆ ਕਰੇ ਤੇ ਗੱਲ ਕੋਈ ਗੁਰਿਆ ਨਾ ਕਰੇ ਘਰੇ ਆਏ ਨੂੰ ਤੇ ਜਿਹੜੀ ਮਾਂ ਹੁੰਦੀ ਆ ਉਹ ਤਾਂ ਮਾਂ ਹੀ ਹੁੰਦੀ ਹੈ ਉਹ ਕਹਿੰਦੀ ਕੋਈ ਨੀ ਪੁੱਤ ਫਸਲ ਐਤਕੀ ਨਹੀਂ ਤਾਂ ਅਗਲੇ ਸਾਲ ਹੋ ਜੂ ਕੋਈ ਪੁੱਠਾ ਸਿੱਧਾ ਕੰਮ ਨਾ ਕਰ ਖੇਤ ਗਿਆ ਜਿਹੜੀ ਜ਼ਹਿਰ ਉੱਥੇ ਰੱਖੀ ਸੀ ਛਿੜਕਣ ਵਾਸਤੇ ਉਹੀ ਪੀ ਲਈ ਪੀ ਕੇ ਫਿਰ ਉਹਨੂੰ ਧਿਆਨ ਚ ਆਇਆ ਵੀ ਇਹ ਤਾਂ ਗਲਤ ਕਰ ਲਿਆ 4-5 ਕਿੱਲੇ ਵਾਟ ਸੜਕ ਸੀ ਖੇਤ ਤੋਂ ਉਹਨੂੰ ਜਦੋਂ ਧਿਆਨ ਚ ਆਇਆ ਵੀ ਗਲਤ ਕਰ ਲਿਆ ਤੇ ਭੱਜ ਲਿਆ ਵੀ ਖੇਤ ਤਾਂ ਕੋਈ ਹੈ ਨਹੀਂ ਸੀ ਸੜਕ ਤੇ ਆ ਗਿਆ ਵੀ ਕੋਈ ਉੱਥੇ ਚੱਕੂ ਤੇ ਜਦੋਂ ਭੱਜਾਂਗੇ ਪਹਿਲਾਂ ਉਹਨੇ ਸਪਰੇਅ ਪੀਤੀ ਨਲਕੇ ਤੋਂ ਲੀਟਰ ਦੇ ਵਿੱਚ ਪਾਣੀ ਪਾਇਆ ਸਪਰੇਅ ਵਾਲੇ 'ਚ ਵੀ ਸੌਖੀ ਪੀਣਾ ਤੇ ਪੀ ਕੇ ਜਦੋਂ ਲੱਗਿਆ ਵੀ ਉਹਦਾ ਗਲਤ ਹੋ ਗਿਆ ਤੇ ਭੱਜ ਲਿਆ
ਤੇ ਭੱਜਣ ਨਾਲ ਖੂਨ ਦਾ ਦੌਰਾ ਤੇਜ਼ ਹੋ ਗਿਆ, ਸੜਕ ਤੇ ਡਿੱਗ ਪਿਆ, ਜਾ ਕੇ ਹਸਪਤਾਲ ਪਹੁੰਚਿਆ ਵੀ ਚਿੱਟੇ ਮੱਛਰ ਨੂੰ ਮਾਰਦਾ ਸੀ, ਚਿੱਟਾ ਮੱਛਰ ਉਹਨੂੰ ਮਾਰ ਗਿਆ। ਇੱਕ ਅੱਧੇ ਦੀ ਗੱਲ ਆ ਇਹ ਕਿ ਇਹੀ ਸਾਡੀ ਹੋਣੀ ਹੈ, ਕਿ ਇਹੀ ਸਾਡਾ ਭਵਿੱਖ ਆ, ਕਿ ਅਸੀਂ ਇੱਦਾਂ ਹੀ ਖੇਤੀ ਕਰਦੇ ਰਹਾਂਗੇ। ਸਾਨੂੰ ਪਰਮਾਤਮਾ ਨੇ ਬੁੱਧੀ ਦਿੱਤੀ ਹੈ ਖੋਪੜ ਦੇ ਵਿੱਚ, ਇਹਨੂੰ ਵਰਤਣਾ ਕਿ ਨਹੀਂ ਵਰਤਣਾ। ਜੇ ਇੱਥੇ ਮੈਂ ਖੜਾ ਮੇਰੀਆਂ ਸੁਣ ਲਓ, ਜੇ ਇੱਥੇ ਕੋਈ ਹੋਰ ਖੜਾ ਉਹਦੀਆਂ ਸੁਣ ਲਓ, ਅਤੇ ਲਾਈ ਲੱਗ ਬਣੋ ਅਤੇ ਖੇਤੀ ਕਰੋ। ਇਹ ਕੋਸ਼ਿਸ਼ ਕਰਦੇ ਆ ਰਹੇ ਆਪਾਂ ਆਪਣੀ ਪੀੜ੍ਹੀ ਥੱਲੇ ਕਦੋਂ ਸੋਟਾ ਫੇਰਾਂਗੇ। ਤੁਸੀਂ ਸਪਰੇਅ ਵਾਲੀ ਢੋਲੀ ਕਦੋਂ ਚੱਕਦੇ ਆ, ਜਦੋਂ ਤੁਹਾਡੇ ਗੁਆਂਢੀ ਨੇ ਚੱਕ ਲਈ, ਵੀ ਉਹਨੇ ਚੱਕ ਲਈ, ਆਪਾਂ ਨਾ ਰਹਿ ਜਾਈਏ। ਸਹੀ ਗੱਲ ਆ ਕਿ ਗਲਤ? ਇੱਕ ਦੂਜੇ ਦੇ ਮਗਰ ਲੱਗਦੇ ਆ, ਮਹਿਕਮਿਆਂ ਦੇ ਮਗਰ ਲੱਗਦੇ ਆ, ਯੂਨੀਵਰਸਿਟੀਆਂ ਦੇ ਮਗਰ ਲੱਗਦੇ ਆ। ਯੂਨੀਵਰਸਿਟੀ ਬਣੀ ਨੂੰ ਕਿੰਨੇ ਸਾਲ ਹੋਏ? 60-65। ਅਤੇ ਆਪਾਂ ਨੂੰ ਖੇਤੀ ਕਰਦਿਆਂ ਨੂੰ ਕਿੰਨੇ ਹੋ ਗਏ? ਘੱਟੋ ਘੱਟ 5000 ਸਾਲ। ਜਦੋਂ ਯੂਨੀਵਰਸਿਟੀ ਹੈ ਨਹੀਂ ਸੀ ਉਦੋਂ ਖੇਤੀ ਨਹੀਂ ਹੁੰਦੀ ਸੀ, ਜਦੋਂ ਚਿਹਰਾ ਹੈ ਨਹੀਂ ਸੀ ਉਦੋਂ ਕਣਕ ਨਹੀਂ ਉੱਗਰਦੀ ਸੀ। ਅੱਧੇ ਬੰਦੇ ਕਹਿੰਦੇ ਆ ਜਦੋਂ ਅਸੀਂ ਕੁਦਰਤੀ ਖੇਤੀ ਦੀ ਗੱਲ ਕਰਦੇ ਹਾਂ ਤੇ ਬਾਈ ਬਿਨਾਂ DAP ਤੋਂ ਕਣਕ ਉੱਗਰ ਆਊ? ਤੇ ਉਹਨੂੰ ਪੁੱਛਾਂ ਵੀ ਤੇਰਾ ਪੜਦਾਦਾ ਕਿਹੜੀ DAP ਪਾਉਂਦਾ ਸੀ, ਉਹਦੀ ਕਿਵੇਂ ਉੱਗਰਦੀ ਸੀ ਕਿ ਨਹੀਂ? ਤਾਂ ਤੁਹਾਡੀ ਬੁੱਧੀ ਇੰਨੀ ਸੀਮਤ ਕਰਤੀ ਅਗਰ ਬਿਨਾਂ DAP ਤੋਂ ਕਣਕ ਉੱਗਰ ਆਊ। ਤਾਂ ਆਪਾਂ ਨੂੰ ਆਪਦੀ ਬੁੱਧੀ ਅਤੇ ਵਿਵੇਕ ਤੋਂ ਕੰਮ ਲੈਂਦੇ ਹੋਏ ਖੇਤੀ ਦੀ A to Z ਨੌਲੇਜ ਹਾਸਲ ਕਰਨੀ ਪਊਗੀ। ਜਿਹੜਾ ਕੰਮ ਆਉਂਦਾ ਨਾ ਹੋਵੇ ਉਹ ਕੰਮ ਕਰੀਏ, ਘਾਟਾ ਪਊਗਾ ਕਿ ਵਾਧਾ ਹੋਊਗਾ? ਘਾਟਾ ਪਊਗਾ। ਅਤੇ ਤੁਹਾਨੂੰ ਕੀ ਪੈ ਰਿਹਾ? ਘਾਟਾ। ਇਹਦਾ ਮਤਲਬ ਕੀ ਹੈ? ਤੁਹਾਨੂੰ ਖੇਤੀ ਆਉਂਦੀ ਆਉਂਦੀ ਨਹੀਂ। ਅਤੇ ਜਿਹੜਾ ਬੰਦਾ ਇੱਥੇ ਬੋਲਦਾ ਪਿਆ ਖੜ ਕੇ, ਉਹਦੇ ਕੋਲ ਇੱਕ ਔਰਾ ਪੈਲੀ ਨਹੀਂ, ਅਤੇ ਉਹ ਤੁਹਾਨੂੰ ਕਹਿ ਰਿਹਾ ਕਿ ਤੁਹਾਨੂੰ ਖੇਤੀ ਆਉਂਦੀ ਨਹੀਂ। ਮੈਨੂੰ ਆਉਂਦੀ ਹੈ ਪਰ ਮੇਰੇ ਕੋਲ ਜ਼ਮੀਨ ਹੈ। ਜਿਹਨੂੰ ਖੇਤੀ ਆਉਂਦੀ ਉਹਦੇ ਕੋਲ ਜ਼ਮੀਨ ਹੈ ਨਹੀਂ, ਅਤੇ ਜਿਹਨਾਂ ਨੂੰ ਆਉਂਦੀ ਨਹੀਂ ਉਹਨਾਂ ਕੋਲ ਜ਼ਮੀਨ ਹੈਗੀ ਆ, ਅਤੇ ਉਹ ਜ਼ਮੀਨ ਦੀ ਐਸੀ ਤੈਸੀ ਫੇਰ ਉੱਤੇ ਲੱਗੇ ਆ। ਖੇਤੀ ਕਰਨਾ ਅਤੇ ਖੇਤੀ ਆਉਣਾ ਦੋ ਅੱਡੋ ਅੱਡ ਗੱਲਾਂ। ਜਿਹਨੂੰ ਖੇਤੀ ਆਉਂਦੀ ਹੈ ਉਹਨੂੰ ਖੇਤੀ ਦੀ ਫਿਲੋਸਫੀ, ਖੇਤੀ ਦਾ ਸਿਧਾਂਤ, ਖੇਤੀ ਦਾ ਵਿਗਿਆਨ ਤੇ ਖੇਤੀ ਦੀ ਤਕਨੀਕ, ਚਾਰੇ ਚੀਜ਼ਾਂ ਦੀ ਪੂਰੀ ਨੌਲੇਜ ਹੋਊਗੀ। ਹਾਂ ਬਈ, ਖੇਤੀ ਦੀ ਫਿਲੋਸਫੀ ਕੀ ਹੈ? ਤੁਹਾਨੂੰ 40-40 ਸਾਲ ਵੀ ਹੋ ਗਏ ਖੇਤੀ ਕਰਦਿਆਂ ਨੂੰ, ਕੋਈਆਂ ਨੂੰ ਦੱਸੋ ਖੇਤੀ ਦੀ ਫਿਲੋਸਫੀ ਕੀ ਹੈ? ਫਿਲੋਸਫੀ ਮਤਲਬ ਇਹਦੇ ਪਿੱਛੇ ਵਿਚਾਰ ਕੀ ਹੈ? ਜੇ ਹੋਰ ਸੌਖਾ ਕਰਾਂ ਮੈਂ ਸਵਾਲ ਪੁੱਛਦਾ, ਖੇਤੀ ਦਾ ਮਕਸਦ ਕੀ ਹੈ? ਖੇਤੀ ਦਾ ਮਕਸਦ ਕੀ ਹੈ? ਉਹਦੇ 'ਚ ਖੇਤੀ ਦੀ ਫਿਲੋਸਫੀ ਆ। ਤੁਸੀਂ ਖੇਤੀ ਕਰਦੇ ਹੋ, ਇਹਦਾ ਮਕਸਦ ਕੀ ਹੈ ਬਾਈ? ਆਮਦਨ ਵਧਾਉਣੀ। ਠੀਕ ਹੈ, ਇਹ ਤਾਂ ਹੋ ਗਿਆ ਖੇਤੀ ਦਾ ਮਨੁੱਖੀ ਮਕਸਦ। ਹੁਣ ਦੱਸੋ ਖੇਤੀ ਦਾ ਕੁਦਰਤੀ ਮਕਸਦ ਕੀ ਆ? ਹੈਂਜੀ, ਲੋਕਾਂ ਦਾ ਨਹੀਂ, ਸਰਬੱਤ ਦਾ। ਸਰਬੱਤ ਲਈ ਖੁਰਾਕ ਪੈਦਾ ਕਰਨਾ, ਇਹ ਖੇਤੀ ਦਾ ਮਕਸਦ ਆ, ਕੁਦਰਤੀ ਮਕਸਦ। ਸਰਬੱਤ ਲਈ ਖੁਰਾਕ ਪੈਦਾ ਕਰਨਾ, ਖੁਰਾਕ ਕਿਹੜੀ? ਜ਼ਹਿਰ ਵਾਲੀ ਕਿ ਸੁੱਚੀ? ਸੁੱਚੀ। ਕਿੰਨੇ ਬੰਦੇ ਆ ਜਿਹੜੇ ਸੁੱਚੀ ਖੁਰਾਕ ਪੈਦਾ ਕਰਦੇ ਪਏ ਆ? ਕਰਦੇ ਹੀ ਮੈਂ ਕਰਦਾ, ਕੁਛ ਹੈਗੇ ਆ, ਬਹੁਤ ਗਿਣਤੀ ਸੁੱਚੀ ਖੁਰਾਕ ਨਹੀਂ ਪੈਦਾ ਕਰਦੀ। ਠੀਕ ਹੈ, ਹੁਣ ਜਿਹੜਾ ਬੰਦਾ ਖੇਤੀ ਦੇ ਮਕਸਦ ਤੋਂ ਹੀ ਭਟਕ ਗਿਆ, ਭਾਈ ਇੱਧਰ ਧਿਆਨ ਦਿਓ,
हेलो जेड़ा बंदा खेती दे मकसद तो भट गया भटक गया खेती दे मकसद दे उल्ट चल पिया उन्हूं नतीजे सीधे मिलने उन्हूं नतीजे भी उल्टे मिलने खेती का मकसद खुराक पैदा करना करते पाए फसल की पैदा करते हैं खुराक का मतलब है 100 फसल फसल का मतलब है 2 फसल समझ गए खुराक जो तुम पैदा करो तो थोड़ी रसोई च जिन्ना समान पिया वो थोड़े खेतों जाना चाहिए तो थोड़ी रसोई च आटे तो दुध तो बिना बाकी सारा कितों आ रहा बाजार चो तो करते खेती है मूलियां रेहड़ी तो है खुराक पैदा करनी बंद करके असी फसल पैदा करती है खेती का मकसद उल्टा हो गया ठीक है उदे करके खेती किसान दी किसान दे हाथ चो बाजार दे हाथ च चली गई समझ गए जदों फसल पैदा करनी है तो थोनू बाजार मुताबक चलना पैदा वो की मांगदा रेट कि मिलता कणक के झोने का तो फिर बीजना की है कणक के झोना अच्छा 2.5 किले वाला बंदा कणक झोना बेच के आमदन कि करता एक साल च 1.5 लाख रुपया तो 1.5 लाख का रोटी पानी खा जाता खरीद के तो की फायदा तेरी खेती का तू 1.5 लाख रुपया बटिया 1.5 तो घट पैसे बटते 2.5 किलों की फसल आए जे उहदे कोल संत साधन आते हैं तो 1.5 ते जे संत साधन बगामे आ किराए दे आ तो 1.25 लाख रुपये च 1.5 बंदा ठीक है 2.5 किलों ते उन्ने दी बाजार तो मुल लैके खुराक खरीद के खा जाता बंदा ते फिर की होया की होगा घड़े ना घड़ा भर गया ठीक है तो खेती का सिद्धांत उस तो बाद खेती का सिद्धांत वह पता होना चाहिए किन्ने बंदे नूं पता एक नूं भी नहीं पता लिख लो कापी दित्ती है तुहाडे हाथ कापी दे पिछले पछाणे जे इदां दे वरके भी आ लिखण वास्ते इह सिद्धांत लिख लो जे इस सिद्धांत ते खेती ढाल ली तुहानूं खेती च कोई फेल नहीं कर सकदा हवा रोशनी नमी भरपूर हेलो शांति रखो पिछले हो हवा रोशनी नमी भरपूर पानी दूरों दूर ते अपने खेतों च की है हवा साडे खेत च घूम नहीं सकती रोशनी थले तक आ नहीं सकती ते पानी साडे खेतों जांदा ही नहीं गल गलत है कि सही है मैं तुहाडे घर जावां जां तुसी मेरे घर आवो मेहमान दे तौर ते मैं तुहानूं ड्राइंग रूम च बिठाऊंगा कि स्टोर रूम च हैं ड्राइंग रूम च क्यों स्टोर रूम च कातों नहीं क्योंकि उत्ते हवा नहीं हैगी उत्ते रोशनी नहीं हैगी उत्ते सिल है उत्ते मुश्क है उत्ते मक्खी मच्छर मकड़ियां सही गल है कि गलत गल है बिल्कुल ठीक है तो जिथे हवा से रोशनी है उत्थे तंदुरुस्ती है जिथे छिल हनेरा हो मसा उत्थे बीमारी है तो जे तुसी खेती करोगे संघनी तो थोड़े खेत च माहौल बनूगा छिल हनेरा ते हो मसवाला तो उहदे नाल की पैदा होगी खेत च कीड़े भी ते बीमारी भी समझ रहे हो तुहाडी कणक बीजी जाती है 6.5 से 7 इंच पाला सही गल है कि गलत गल तो तुम झोना लाने गिट गिट से 8-9 इंच गलत है कि सही है हम मैं दसो भी जो यह बूचा मारन गए तो फसन गए कि नहीं छेती जो फस गए हवा घूमू हवा फसल कि आ दो बंद धक्का किया पत्थर लगे ये दो बंद शरीफ है इन्होंने होज नहीं मारी जगह चाहिए कि नहीं हम
ਔਰ ਮੈਂ ਪੱਸਰ ਗਿਆ ਮੈਨੂੰ ਕੋਈ ਦਿੱਕਤ ਆਈ ਇਹ ਬਾਈ ਨੂੰ ਬੜਾ ਜਿਹਾ ਗਾਂਹ ਹੋਣਾ ਪਿਆ ਪੱਸਰਨ ਵਾਸਤੇ ਇਸੇ ਤਰੀਕੇ ਫਸਲ ਨੂੰ ਉੱਚਾ ਮਾਰਨ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਤੁਸੀਂ 50-50 ਕਿਲੋ ਬੀਜ ਪੁੰਡੀ ਜਾਂਦੇ ਆ ਕਣਕ ਦਾ ਤੇ ਕਣਕ ਤਾਂ 12 ਕਿਲੋ ਨਾਲ ਵੀ ਬੀਜੀ ਜਾ ਸਕਦੀ ਹੈ ਤੇ ਕਣਕ 4 ਕਿਲੋ ਬੀਜ ਨਾਲ ਵੀ ਬੀਜੀ ਜਾਂਦੀ ਹੈ ਕਿੰਨੇ ਹੋ ਸਾਲ ਹੋ ਗਏ ਤੁਹਾਨੂੰ ਖੇਤੀ ਕਰਦੇ ਨੂੰ ਮੈਨੂੰ ਇਹ ਦੱਸੋ ਵੀ 1 ਕਿਲੋ ਕਣਕ 'ਚ ਕਿੰਨੇ ਦਾਣੇ ਹੁੰਦੇ ਆ 20-22 ਹਜ਼ਾਰ ਇੱਕ ਕਿੱਲੇ 'ਚ ਕਿੰਨੇ ਸਕੇਅਰ ਫੁੱਟ ਹੁੰਦੇ ਆ 43,560 ਇਹਦਾ ਮਤਲਬ ਕੀ ਹੈ ਜੇ ਤੁਸੀਂ 1 ਸਕੇਅਰ ਫੁੱਟ 'ਚ 1 ਬੂਟਾ ਲਾਓ ਤਾਂ ਤੁਹਾਨੂੰ 43,560 ਦਾਣੇ ਚਾਹੀਦੇ ਆ ਕਿੰਨੀ ਕਣਕ ਚਾਹੀਦੀ ਆ 2 ਕਿਲੋ ਤੇ ਜੇ 1 ਸਕੇਅਰ ਫੁੱਟ 'ਚ 2 ਬੂਟੇ ਲਾਓ ਤਾਂ ਤੁਹਾਨੂੰ ਕਣਕ ਕਿੰਨੀ ਚਾਹੀਦੀ ਆ 4 ਕਿਲੋ 4 ਕਿਲੋ ਤੇ ਤੁਸੀਂ ਕਿੰਨੀ ਪਾਉਣੇ ਆ 45 ਕਿੰਨੀ ਵਾਧੂ ਪਾਈ ਸੁਣੋ ਬਾਈ ਸੁਣੋ ਸੁਣੋ ਕਿੰਨੀ ਵਾਧੂ ਗਈ ਕਣਕ 41 ਕਿਲੋ 41×20 ਕਿੰਨੇ ਬਣ ਗਏ 82 ਹਜ਼ਾਰ 82 8,20,000 8,20,000 ਮੋਟੇ ਤੌਰ ਤੇ 4×8 ਹੀ ਹੁੰਦੀ ਹੈ ਨਾ 8,20,000 ਦਾਣੇ ਤੁਸੀਂ ਵਾਹਣ 'ਚ ਪਾਏ ਤੇ ਤੁਸੀਂ ਮੈਨੂੰ 8,00,000 ਬੂਟਾ ਗਿਣ ਕੇ ਦਿਖਾਇਓ ਵਾਹਣ ਉੱਗਰ ਦਾ 8,00,000 ਬੂਟਾ ਤੇ ਜੇ 8,00,000 ਬੂਟਾ ਉੱਗਰ ਆਏ ਤੇ ਤੁਹਾਡੇ ਪੱਲੇ 1 ਦਾਣਾ ਪੈ ਜੂ ਹੁਣ ਬੂਟੇ ਕਿਵੇਂ ਗਿਣਦੇ ਆ ਧਾਰ ਬੰਨ ਕੇ ਬੀਜ ਪੈਂਦਾ ਉਰੇ ਕਿੰਨੇ 1 ਕਿੱਲੇ 'ਚ ਉਰੇ ਕਿੰਨੇ ਪਏ ਪਹਿਲਾਂ ਉਹ ਗਿਣ ਲਓ ਤੇ 1 ਉਰੇ ਦੇ ਬੂਟੇ ਗਿਣ ਲਓ ਉਹਨੂੰ ਗੁਣਾ ਕਰ ਦਿਓ ਫਿਰ ਤੁਹਾਨੂੰ ਧਿਆਨ 'ਚ ਆਜੂਗਾ ਵੀ ਤੁਹਾਡੇ ਖੇਤ 'ਚ ਕਿੰਨੇ ਬੂਟੇ ਉੱਗਰੇ ਤੇ ਜਿੰਨੇ ਉੱਗਰੇ ਆ ਉਹਨਾਂ ਵੀ ਪਾਉਣਾ ਮੈਂ 6 ਕਿਲੋ ਕਣਕ ਨਾਲ 1.25 ਕਿਲਾ ਵਾਹਣ ਬੀਜਿਆ ਉਸੇ ਮਸ਼ੀਨ ਨਾਲ ਜਿਹੜੀ ਤੁਸੀਂ ਕਹਿੰਦੇ ਵੀ ਇੰਨਾ ਵੀ ਪਾ ਹੀ ਨਹੀਂ ਸਕਦੀ 6 ਕਿਲੋ ਨਾਲ 1.25 ਕਿਲਾ ਵੀ ਅਸੀਂ ਪਾਇਆ ਸੀ ਮਸ਼ੀਨ 'ਚ 23 ਕਿਲੋ 23 ਕਿਲੋ ਵੀ ਪਾ ਕੇ 1 ਪਾੜਾ ਬੰਦ ਕਰਕੇ ਤੇ ਅਸੀਂ ਮਸ਼ੀਨ ਤੋੜ ਲਈ ਸਾਨੂੰ ਲੱਗਿਆ ਵੀ ਬੀਜ ਬਹੁਤ ਜ਼ਿਆਦਾ ਪੈ ਰਿਹਾ ਵੀ ਘਟਾਇਆ ਵੀ ਸੀ ਮਸ਼ੀਨ ਦਾ ਘਟਾਉਣ ਦੇ ਬਾਵਜੂਦ ਸਾਨੂੰ ਲੱਗਿਆ ਵੀ ਬੀਜ ਬਹੁਤ ਜ਼ਿਆਦਾ ਡਿੱਗ ਰਿਹਾ ਅਸੀਂ ਹੋਰ ਘਟਾਤਾ 2 ਵਾਰੀ ਬੀਜ ਘਟਾਤਾ ਤੀਜੀ ਵਾਰੀ ਫਿਰ ਲੱਗਿਆ ਵੀ ਬੀਜ ਜ਼ਿਆਦਾ ਆ ਤੇ ਜਿਹੜਾ ਟਰੈਕਟਰ ਵਾਲਾ ਸੀਗਾ ਬੀਜਣ ਵਾਲਾ ਕਹਿੰਦਾ ਯਾਰ ਹੁਣ ਕੋਸਟਾ ਮਾਰੋ ਤਾਂ ਅਸੀਂ ਉਹ ਵੀ ਮੰਨ ਲਈ ਤੇ ਵੀ ਘਟਾਇਆ ਨਹੀਂ ਹੋਰ ਤੇ ਬਾਵਜੂਦ ਉਹਦੇ ਦਾਣੇ ਨਾਲ ਦਾਣਾ ਡਿੱਗ ਰਿਹਾ ਉਰਿਆਂ 'ਚ ਵਾਹਣ ਬੀਜ ਕੇ ਜਦੋਂ ਮੁਕੰਮਲ ਹੋ ਗਿਆ ਅਗਰ ਜਿਹੜੀ ਵੱਧ ਗਈ ਕੱਢ ਲਓ ਉਹ ਗੱਟਾ ਫਿਰ ਭਰ ਗਿਆ ਹੁਣ ਜਦੋਂ ਤੋਲਿਆ ਉਹ 17 ਕਿਲੋ ਕਣਕ ਨਿਕਲਾਈ ਬੀਜਣੀ ਕਿੰਨੀ ਸੀ 23 ਕਿਲੋ ਕਿੰਨੇ ਵਾਹਣ 'ਚ 1.25 ਕਿੱਲੇ 'ਚ ਤੇ ਬੀਜੀ ਕਿੰਨੀ ਗਈ 6 ਕਿਲੋ ਉਹ ਵੀ ਕੁਦਰਤੀ ਖੇਤੀ 'ਚ ਉਸ ਵਾਹਣ 'ਚ ਅਸੀਂ ਰੂੜੀ ਵੀ ਨਹੀਂ ਪਾ ਸਕੇ ਸੀ 1 ਪਾੜਾ ਵੱਧ ਸੀ ਤੇ ਕਣਕ ਜਿਹੜੀ ਹੈਗੀ ਆ ਥੋੜ੍ਹੀ ਜਿਹੀ ਐਡਵਾਂਸ ਬੀਜ ਲਈ ਉਹ 25 ਨਵੰਬਰ ਤੋਂ ਬਾਅਦ ਬੀਜਣ ਵਾਲੀ ਵਰਾਇਟੀ ਸੀ ਅਸੀਂ ਨਵੰਬਰ ਦੇ ਪਹਿਲੇ ਹਫ਼ਤੇ ਬੀਜਤੀ ਬਾਵਜੂਦ ਉਹ ਕਣਕ ਸਾਡੀ 11 ਕੁਇੰਟਲ ਨਿਕਲ ਆਈ ਕੁਦਰਤੀ ਖੇਤੀ 'ਚ ਠੀਕ ਹੈ ਬਿਨਾਂ ਰੂੜੀ ਤੋਂ ਤਾਂ ਹੁਣ ਤੁਸੀਂ ਦੱਸੋ ਵੀ ਜਿਹੜੀ ਤੁਸੀਂ ਪਾ ਰਹੇ ਹੋ 45-45 ਕਿਲੋ ਬੀਜ ਉਹਦੀ ਕੋਈ ਤੁੱਕ ਬਣਦੀ ਆ ਫਿਰ ਕੀ ਕਰੀਏ 4 ਕਿਲੋ ਤਾਂ ਲੱਗ ਜਾਈਏ ਆਪਣੀ ਖਾਂਡੇ ਵਾਲੇ ਮਗਰ ਲਾ ਕੇ ਮਗਰ ਨਹੀਂ ਲੱਗਣਾ ਕਿਸੇ ਦੇ ਅੱਜ ਮੈਂ ਤੁਹਾਡੇ ਪੱਖ 'ਚ ਖੜਾ ਤੇ ਕੱਲ੍ਹ ਨੂੰ ਮੈਨੂੰ ਕਿਸੇ ਨੇ ਖਰੀਦ ਲਿਆ ਫਿਰ ਹੈ
ਜਿਹੜਾ ਬੰਦਾ ਤੁਹਾਡੇ ਸਾਹਮਣੇ ਖੜਾ ਉਹਦੀ ਗੱਲ ਸੁਣੋ ਤਾਂ ਜੇ ਲੱਗੇ ਵੀ ਸੁਣਨ ਯੋਗੀ ਹੈਗੀ ਜ਼ਰੂਰੀ ਵੀ ਨਹੀਂ ਸੁਣਨੀ ਜੇ ਲੱਗੇ ਵੀ ਸੁਣਨ ਯੋਗੀ ਗੱਲ ਹੈਗੀ ਤਾਂ ਸੁਣੋ ਸੁਣਨ ਤੋਂ ਬਾਅਦ ਘਰੇ ਜਾਓ ਠੰਡੇ ਮਤੇ ਨਾਲ ਉਹਦੀ ਗੱਲ 'ਤੇ ਵਿਚਾਰ ਕਰੋ ਜੇ ਤੁਹਾਡਾ ਤਨ ਤੁਹਾਡਾ ਮਨ ਤੁਹਾਡੀ ਆਤਮਾ ਤੁਹਾਡਾ ਦਿਮਾਗ ਬੰਦੇ ਦੀ ਗੱਲ ਨੂੰ ਓਟੇ ਸਾਂਭੀ ਓਟੇ ਤਾਂ ਉਸ ਗੱਲ ਨੂੰ ਪਰਖੋ ਪਰਖਣ 'ਤੇ ਕੀ ਹੋ ਜਾਂਦਾ ਫਿਰ ਤਜਰਬਾ ਉਦੋਂ ਬਾਅਦ ਫੈਸਲਾ ਕਾਹਦੇ ਆਧਾਰ 'ਤੇ ਹੋਊ ਮੇਰੀ ਗੱਲ 'ਤੇ ਕਿ ਤਜਰਬੇ ਦੇ ਆਧਾਰ 'ਤੇ ਕਿਸੇ ਦਾ ਮਗਰ ਲੱਗਣਾ ਚਾਹੀਦਾ ਕਿ ਤਜਰਬੇ ਕਰਨੇ ਚਾਹੀਦੇ ਆ ਤਜਰਬਾ ਕਰਨਾ ਚਾਹੀਦਾ ਠੀਕ ਹੈ ਮੈਂ ਜੋ ਇੱਥੇ ਬੋਲ ਕੇ ਜਾਵਾਂਗਾ ਉਹਨੂੰ ਮੰਨਣਾ ਨਹੀਂ ਗਾ ਉਹਦੇ 'ਤੇ ਵਿਚਾਰ ਕਰਨੀ ਆ ਵਿਚਾਰ ਕਰਨ ਤੋਂ ਬਾਅਦ ਉਹਨੂੰ ਪਰਖਣਾ ਪਰਖਣ ਵਾਸਤੇ ਚਾਰਕਣ ਵਾਲਾ ਜਗ੍ਹਾ ਚਾਹੀਦੀ ਹੈ ਉਹ ਤਜਰਬਾ ਕਰਨਾ ਤੁਸੀਂ ਚਾਰਕਣ ਵਾਲਾ 'ਚ ਠੀਕ ਹੈ ਰਿਸਕ ਮੇਰਾ ਰਿਸਕ ਕਿਹਦਾ ਕਿਹਦਾ ਰਿਸਕ ਮਤਲਬ ਜੇ ਤੁਹਾਨੂੰ ਚਾਰਕਣ ਵਾਲਾ 'ਚੋਂ ਨੁਕਸਾਨ ਹੋਇਆ ਉਹ ਮੈਂ ਭਰੂ ਅਤੇ ਜੇ ਫਾਇਦਾ ਹੋਇਆ ਫਿਰ ਬੀਜਣੀ ਔਰਗੈਨਿਕ ਹੈ ਜਾਂ ਮਤਲਬ ਬੀਜਣੀ ਉਹਨੇ ਦੱਸੂਗਾ ਪਰ ਤਜਰਬਾ ਤੁਹਾਡਾ ਖਰਚਾ ਘਟਾਉਣ ਵਾਸਤੇ ਕਰਾਉਣਾ ਕੈਮੀਕਲ ਵਾਲੇ ਕਰਨਗੇ ਇਹ ਤਜਰਬਾ ਠੀਕ ਹੈ ਚਾਰ ਕਨਾਲਾਂ ਤੁਸੀਂ ਮੇਰੇ ਤਰੀਕੇ ਨਾਲ ਬੀਜਣੀਆਂ ਕੈਮੀਕਲ ਖੇਤੀ 'ਚ ਠੀਕ ਹੈ ਉਹਦੇ 'ਚ ਜੇਕਰ ਤੁਹਾਡਾ ਕੋਈ ਨੁਕਸਾਨ ਹੋ ਗਿਆ ਉਸ ਤਰੀਕੇ ਕਰਕੇ ਤਾਂ ਉਹਦਾ ਜਿੰਨਾ ਤੁਹਾਡਾ ਘੜੀ ਕਣਕ ਉਹਦੇ ਪੈਸੇ ਮੈਂ ਦਿਉ ਮਨਜ਼ੂਰ ਆ ਅੱਜ ਤੱਕ ਆਇਆ ਕੋਈ ਇੱਦਾਂ ਹੱਥੀ ਠੋਕ ਕੇ ਕਹਿਣ ਆਇਆ ਕੋਈ ਨਹੀਂ ਕਿਉਂਕਿ ਉਹਨਾਂ ਕੋਲ ਸੱਚ ਨਹੀਂ ਹੈਗਾ ਝੂਠ ਦੀ ਬੁਨਿਆਦ 'ਤੇ ਕੰਮ ਕਰਦੇ ਆ ਕਮਿਸ਼ਨ ਖਾਂਦੇ ਆ ਅਤੇ ਤੁਹਾਡੀ ਜੇਲ੍ਹ 'ਤੇ ਡਾਕੇ ਮਰਵਾਉਂਦੇ ਆ ਮੈਂ ਤੁਹਾਡੇ ਪਿੰਡ ਆ ਗਿਆ ਅੱਜ ਯੂਟਿਊਬ ਰਾਹੀਂ ਤੁਹਾਡੇ ਪਿੰਡ ਦੇ ਵੀ ਲੋਕ ਮੈਨੂੰ ਜਾਣਦੇ ਹੋਣਗੇ ਪਿੰਡ ਮੇਰਾ ਬਾਜੇ ਖਾਨੇ ਕੋਲ ਆ ਦਬੜੀ ਖਾਨਾ ਪੀਰ ਖਾਨੇ ਕੋਲ ਮੇਰਾ ਘਰ ਆ ਜੇ ਮੈਂ ਭਾਜਦਾ ਦਿਸੇ ਤਾਂ ਮੇਰਾ ਘਰ ਉੱਥੇ ਹੈਗਾ ਉੱਥੇ ਆ ਜਾਓ ਠੀਕ ਹੈ ਚਾਰ ਕਨਾਲਾਂ ਦਾ ਤਜਰਬਾ ਤੁਸੀਂ ਕਰਨਾ ਰਿਸਕ ਮੇਰਾ ਪਰ ਮੇਰੀ ਗੱਲ ਨੂੰ ਲਾਈ ਲੱਗ ਬਣ ਕੇ ਮੰਨਣਾ ਨਹੀਂ ਪਹਿਲਾਂ ਪਰਖਣਾ ਫਿਰ ਜਿਹੜਾ ਤਜਰਬੇ ਦੇ ਆਧਾਰ 'ਤੇ ਰਿਜ਼ਲਟ ਮਿਲੂਗਾ ਉਸ ਰਿਜ਼ਲਟ ਦੇ ਆਧਾਰ 'ਤੇ ਤੁਸੀਂ ਆਪਦੀ ਖੇਤੀ ਅਤੇ ਆਪਦੀ ਜ਼ਿੰਦਗੀ ਨੂੰ ਮੁੜ ਵਿਆਪਣਾ ਸਮਝ ਗਏ ਸਾਡੀ ਖੇਤੀ ਦੇ ਨਾਲ ਹੀ ਸਾਡੀ ਜ਼ਿੰਦਗੀ ਜੁੜੀ ਹੋਈ ਹੈ ਠੀਕ ਹੈ ਸੋ ਸਿਧਾਂਤ ਜੋ ਹੈਗਾ ਉਹ ਤੁਹਾਨੂੰ ਧਿਆਨ ਚਾਹ ਗਿਆ ਮੈਂ ਕੀ ਕਿਹਾ ਸੀ ਹਵਾ ਰੋਸ਼ਨੀ ਭਰਪੂਰ ਪਾਣੀ ਦੂਰੋਂ ਦੂਰ ਹਵਾ ਰੋਸ਼ਨੀ ਨਵੀਂ ਭਰਪੂਰ ਪਾਣੀ ਦੂਰੋਂ ਦੂਰ ਵਿਗਿਆਨ ਜਿਹੜਾ ਸਿਧਾਂਤ ਆ ਜਿਹੋ ਜਿਹਾ ਸਿਧਾਂਤ ਆ ਉਹਦੇ ਵਿੱਚੋਂ ਉਹ ਜਿਹਾ ਵਿਗਿਆਨ ਨਿਕਲੂ ਜੇ ਸਿਧਾਂਤ ਸੰਘਣੀ ਖੇਤੀ ਵਾਲਾ ਤਾਂ ਉਹਦੇ 'ਚੋਂ ਵਿਗਿਆਨ ਕਿਹੜਾ ਨਿਕਲੂ ਸੰਘਣੀ ਖੇਤੀ ਵਾਲੀ ਅਤੇ ਜਿਹੋ ਜਿਹਾ ਵਿਗਿਆਨ ਹੋਊਗਾ ਉਹਦੇ ਵਿੱਚੋਂ ਉਹੋ ਜਿਹੀ ਤਕਨੀਕ ਨਿਕਲੂਗੀ ਜੇ ਵਿਗਿਆਨ ਲੋਕ ਪੱਖੀ ਆ ਤਾਂ ਤਕਨੀਕ ਵੀ ਲੋਕ ਪੱਖੀ ਨਿਕਲੂਗੀ ਅਤੇ ਜੇ ਵਿਗਿਆਨ ਜੋਤ ਪੱਖੀ ਆ ਤਾਂ ਤਕਨੀਕ ਵੀ ਜੋਤ ਪੱਖੀ ਨਿਕਲੂਗੀ ਗੱਲ ਸਹੀ ਆ ਕਿ ਗਲਤ ਆ ਬਿਲਕੁਲ ਤਾਂ ਇਸ ਵੇਲੇ ਜਿਹੜਾ ਖੇਤੀ 'ਚ ਵਿਗਿਆਨ ਲੱਗਿਆ ਹੋਇਆ ਉਹ ਕਿਹੜਾ ਜੋਕ ਵਾਲੀ ਹੈ ਜੋਕ ਵਾਲਾ ਉਹਦੇ 'ਚੋਂ ਜਿਹੜੀ ਤਕਨੀਕ ਨਿਕਲੀ ਆ ਹੈਪੀ ਸੀਡਰ ਬਿਲਰ ਰੋਟਾਵੇਟਰ ਸੁਪਰ ਸੀਡਰ CMSS ਇਹ ਕਿਸਾਨ ਦਾ ਭਰਾ ਕਰਦੇ ਆ ਉਹਦਾ ਲੁੱਟ ਹੈ ਹੈ ਲੁੱਟ ਹੈ ਲੁੱਟ ਆ ਉਹਦਾ ਫਾਇਦਾ ਕਿਹਨੂੰ ਹੋ ਰਿਹਾ ਕਾਰਪੋਰੇਟ ਨੂੰ ਅਤੇ ਕਮਿਸ਼ਨ ਖਾਣ ਵਾਲਿਆਂ ਨੂੰ ਸਮਝ ਰਹੇ ਹੋ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਵਾਲੀ ਮਸ਼ੀਨ ਹੈ ਤੁਸੀਂ ਆਪ ਪਿੰਡ ਦੇ ਮਿਸਤਰੀ ਤੋਂ ਤਿਆਰ ਕਰਾਉਣੀ ਹੋਵੇ 25,000 ਹੱਥ 30,000 'ਚ ਤਿਆਰ ਹੁੰਦੀ ਹੈ ਅਤੇ ਪਿਛਲੇ ਸਾਲ ਕਿੰਨੇ ਦੀ ਖਰੀਦੀ ਲੱਖਾਂ ਵਾਲਾ ਹੈ 85,000 ਰੁਪਏ ਦੀ ਵੀ ਖਰੀਦੀ ਅਤੇ 1,25,000 ਦੀ ਵੀ ਖਰੀਦੀ ਮਤਲਬ ਲੋਟ ਆ ਗਏ ਅਤੇ ਰਗੜੇ ਗਏ
ਤੇ ਤੁਸੀਂ ਤਾਂ 40-45 ਸਾਲਾਂ ਤੋਂ ਲੋਟ ਆਏ ਕਿਉਂਕਿ ਆਹ ਤਾਂ ਵਰਤਣਾ ਨਹੀਂ ਜਿਵੇਂ ਕੋਈ ਕਹਿਤਾ ਉਵੇਂ ਚੱਲ ਪੋ ਭੇਡਾਂ 'ਚ ਤੇ ਬੰਦਿਆਂ 'ਚ ਕੋਈ ਫਰਕ ਹੋਣਾ ਚਾਹੀਦਾ ਕਿ ਨਹੀਂ ਦੱਸੋ ਚਾਹੀਦਾ ਠੀਕ ਹੈ ਆਪਾਂ ਨੂੰ ਬੰਦੇ ਬਣਨ ਦੀ ਲੋੜ ਹੈ ਬਈ ਮੈਂ ਥੋੜ੍ਹਾ ਜਿਹਾ ਹੀ ਬੋਲਦਾ ਗੁੱਸਾ ਨਾ ਕਰਦਾ ਠੀਕ ਹੈ ਜੋ ਸੱਚ ਆ ਉਹ ਸੱਚ ਹੀ ਹੈ ਤਾਂ ਆਪਾਂ ਨੂੰ ਭੇਡ ਵਿਅਕਤੀ ਤਿਆਗ ਕੇ ਮਨੁੱਖ ਵਿਅਕਤੀ ਅਪਣਾਉਣੀ ਪਊਗੀ ਠੀਕ ਹੈ ਜਦੋਂ ਅਸੀਂ ਉਹ ਅਪਣਾ ਲਈ ਤਾਂ ਸਾਨੂੰ ਕੋਈ ਫਰਕ ਨਹੀਂ ਸਕੂਗਾ ਸਮਝ ਰਹੇ ਹੋ ਬਿਲਕੁਲ ਤੇ ਆ ਜਿਹੜੀ ਤਾਂ 5 ਸਾਲਾਂ ਬਾਅਦ ਬਦਲ ਜਾਂਦੇ ਆ ਪੰਜਾਬ 'ਚ ਆਪਾਂ ਉਹ ਵੀ 5 ਸਾਲਾਂ ਤੋਂ ਪਹਿਲਾਂ ਹੀ ਬਦਲ ਜਾਂਦੇ ਆ ਤੇ ਫਿਰ ਵੋਟਾਂ ਪਾ ਦੇਣਗੀਆਂ ਠੀਕ ਹੈ ਤਾਂ ਇਸ ਕਰਕੇ ਆਪਦੀ ਸਮਝ ਦਾ ਦਾਇਰਾ ਵੱਡਾ ਕਰੋ ਦਿਮਾਗ ਨੂੰ ਖੋਲੋ ਗਿਆਨ ਵਧਾਓ ਗਿਆਨ ਹੀ ਮੁਕਤੀ ਦਾ ਮਾਰਗ ਹੈ ਖੇਤੀ ਕਰਦੇ ਹਾਂ ਤਾਂ ਖੇਤੀ ਦਾ ਗਿਆਨ ਹੋਣਾ ਚਾਹੀਦਾ ਠੀਕ ਹੈ ਮੇਰੇ ਵਰਗੇ ਬੰਦੇ ਨੂੰ ਪਰਮਾਤਮਾ ਨੇ ਬਖਸ਼ਿਸ਼ ਕਰਤੀ ਮੈਂ ਤਾਂ ਤੁਰਿਆ ਫਿਰਦਾ ਥਾਂ ਥਾਂ 'ਤੇ ਲੋਕਾਂ 'ਚ ਜਿੱਦੇ ਮੈਂ ਜ਼ਿਆਦਾ ਖਤਰਾ ਬਣ ਗਿਆ ਮੈਨੂੰ ਟਪਾ ਦੇਣਾ ਕੰਪਨੀਆਂ ਵਾਲਿਆਂ ਨੇ ਠੀਕ ਹੈ ਪਰ ਉਹਦੀ ਪਰਵਾਹ ਨਹੀਂ ਕੋਈ ਨਹੀਂ ਕਦੇ ਨਾ ਕਦੇ ਟੱਪਣਾ ਹੀ ਹੈ ਠੀਕ ਹੈ ਪਰ ਇਸ ਕਰਕੇ ਆਪਾਂ ਨੂੰ ਆਪਣਾ ਦਿਮਾਗ ਵਰਤਣ ਦੀ ਜ਼ਿਆਦਾ ਖੁੱਲ੍ਹੀ ਡੁੱਲੀ ਲੋੜ ਹੈ ਟਾਈਮ ਦੱਸ ਦਿਓ ਬਾਰਾਂ ਹੁਣ ਆਪਣਾ ਜਿਹੜਾ ਮਸਲਾ ਖੇਤੀ ਸੰਕਟ 'ਚ ਕਿਸਾਨੀ ਸੰਕਟ 'ਚ ਸਮਾਜ ਭੁਗਤ ਭੋਗੀ ਹੈ ਸਾਰੇ ਦੁਖੀ ਹੈ ਇਹਦੇ 'ਚੋਂ ਬਾਹਰ ਆਉਣ ਦਾ ਰਾਹ ਕੀ ਹੈ ਉਹ ਰਾਹ ਜਿਹੜਾ ਬੰਦਾ ਰਾਹ ਭਟਕਿਆ ਹੋਵੇ ਉਹਨੂੰ ਹੀ ਲੱਭਣਾ ਪਊਗਾ ਹਾਂ ਵੀ ਰਾਹ ਲੱਭਣ ਵਾਸਤੇ ਤਿਆਰ ਹੋ ਹੈ ਠੀਕ ਹੈ ਤਾਂ ਜਦੋਂ ਰਾਹ ਲੱਭਦੇ ਆ ਤਾਂ ਡੰਡੀਆਂ ਬਣਦੀਆਂ ਸਾਡੇ ਬਜ਼ੁਰਗਾਂ ਨੇ ਡੰਡੀਆਂ ਪਾਈਆਂ ਅਸੀਂ ਉਹਨਾਂ 'ਤੇ ਸੜਕਾਂ ਬਣਾਈਆਂ ਸਹੀ ਗੱਲ ਆ ਕਿ ਗਲਤ ਗੱਲ ਆ ਤੇ ਜੇ ਗੱਡਾ ਲੀਹੋ ਲੈ ਜੇ ਤਾਂ ਲੀਹੇ ਸੌਖੇ ਹੀ ਪੈ ਜਾਂਦਾ ਹੈ ਅਣਜਾਣ ਬੰਦਾ ਪਾ ਲੈਂਦਾ ਅਣਜਾਣ ਬੰਦੇ ਤੋਂ ਤਾਂ ਜਮਾ ਹੀ ਨਹੀਂ ਪੈਂਦਾ ਜੇ ਆਪ ਨੂੰ ਗੱਡਾ ਲੀਹੇ ਨਾ ਪਾਉਣਾ ਹੋਵੇ ਆਉਂਦਾ ਤਾਂ ਫਿਰ ਕਿਹਨੂੰ ਦੱਸਦੇ ਆ ਜਿਹਨੂੰ ਲੀਹੇ ਪਾਉਣਾ ਆਉਂਦਾ ਤੁਸੀਂ ਮੈਨੂੰ ਉਹੀ ਸਮਝ ਲਓ ਮੈਂ ਤੁਹਾਡੀ ਹੈਲਪ ਕਰਨੀ ਹੈ ਗੱਡਾ ਲੀਹੇ ਪਾਉਣ 'ਚ ਸਮਝ ਗਏ ਉਹਦਾ ਰਾਹ ਇੱਕ ਇਸ ਸਾਰੇ ਮਸਲੇ 'ਚੋਂ ਬਾਹਰ ਆਉਣ ਦਾ ਇੱਕ ਰਾਹ ਅਤੇ ਉਹ ਰਾਹ ਹੈਗਾ ਸਾਂਝੀ ਸਹਿਯੋਗੀ ਵੰਤ ਦੇ ਭਲੇ ਦੀ ਗੁਰੂ ਨਾਨਕ ਖੇਤੀ ਇਹ ਮੈਨੂੰ ਸੁੱਝੀ ਆ ਇਹ ਗੱਲ ਵੀ ਕਿਸਾਨੀ ਸੰਕਟ ਦਾ ਸਾਡੇ ਪੂਰੇ ਸੰਕਟ ਦਾ ਹੱਲ ਕਿੱਥੇ ਪਿਆ ਉਹ ਇਹਦੇ 'ਚ ਪਿਆ ਮੈਨੂੰ ਦੱਸੋ ਪੰਜਵੇਂ ਹਿੱਸੇ ਵਾਲੀ ਖੇਤੀ ਸਾਂਝੀ ਹੁੰਦੀ ਸੀ ਕਿ ਨਹੀਂ ਕਿਹੜੀ ਕਰਦੀ ਪਹਿਲਾਂ ਕਿਹੜੀ ਖੇਤੀ ਕਰਦੇ ਸੀ ਸਾਂਝੀ ਕਰਦੇ ਸੀ ਪੰਜਵਾਂ ਹਿੱਸਾ ਮਤਲਬ ਹਿੱਸੇਦਾਰੀ ਹਿੱਸੇਦਾਰੀ ਮਤਲਬ ਸਾਂਝੀ ਖੇਤੀ ਕਰਦੇ ਸੀ ਓਕੇ ਸਹਿਯੋਗੀ ਬੀੜੀ ਕਰਦੇ ਸੀ ਬੀੜੀ ਤੇ ਬੀੜੀ ਨੂੰ ਕੀ ਕਹਾਂਗੇ ਇੱਕ ਦੂਜੇ ਦੀ ਸਹਿਯੋਗ ਕੀਤਾ ਲੇਬਰ ਭਾਰੀ ਹੋਵੇ ਤਾਂ ਆਪ ਹੀ ਕਰ ਲੈਂਦੇ ਸੀ ਵੀ 10 ਬੰਦੇ ਅੱਜ ਮੇਰੇ ਖੇਤ ਕੱਲ ਤੇਰੇ ਖੇਤ ਸਾਂਝੀ ਵੀ ਸੀ ਸਹਿਯੋਗੀ ਵੀ ਸੀ ਸਹੀ ਗੱਲ ਆ ਤੇ ਜ਼ਹਿਰਾ ਪਾਉਂਦੇ ਸੀ ਹੈ ਤੇ ਸਰਬੱਤ ਦਾ ਭਲਾ ਹੁੰਦਾ ਸੀ ਕਿ ਨਹੀਂ ਅੱਜ ਤੁਹਾਡੇ ਖੇਤੋਂ ਬਗੜਾ ਪਾਣੀ ਪੀ ਜੇ ਮਰ ਜਾਂਦਾ ਹੈ ਤੁਹਾਡੇ ਖੇਤੋਂ ਕੋਈ ਚਿੜੀ ਜਨੌਰ ਪਾਣੀ ਪੀ ਲਿਆ ਮਰ ਜਾਂਦਾ ਪਦਾਨ ਵਾਲਾ ਹੈ ਤੇ ਪਹਿਲਾਂ ਆਪਣੇ ਖੇਤਾਂ 'ਚੋਂ ਪਾਣੀ ਪੀ ਕੇ ਕੋਈ ਮਰਦਾ ਸੀ ਹੈ ਨਹੀਂ ਤੇ ਜਿਹੜੀ ਸਰਬੱਤ ਦੇ ਭਲੇ ਦੀ ਖੇਤੀ ਹੈ
ਉਹ ਆਪਾਂ ਨੂੰ ਕਰਨੀ ਚਾਹੀਦੀ ਹੈ। ਇਹਦਾ ਸੁਨੇਹਾ ਕੌਣ ਦੇ ਕੇ ਗਿਆ ਸੀ? 52 ਸਾਲ 4 ਮਹੀਨੇ ਕੁਝ ਦਿਨਾਂ ਦੀ ਉਮਰ 'ਚ ਉਹਨਾਂ ਨੇ ਖੇਤੀ ਸ਼ੁਰੂ ਕੀਤੀ ਅਤੇ ਜੋਤੀ ਜੋਤ ਸਮਾਉਣ ਤੱਕ 70 ਸਾਲ ਤੱਕ ਖੇਤੀ ਕਰਦੇ ਰਹੇ। ਅਤੇ ਫਿਰ ਖੇਤੀ ਕਿਹੜੀ ਹੋ ਗਈ ਹੈ? ਗੁਰੂ ਨਾਨਕ ਖੇਤੀ। ਇਹ ਖੇਤੀ ਕੀ ਮੰਗਦੀ ਹੈ? ਇਹ ਖੇਤੀ ਗੱਲੀ ਬਾਤੀ ਨਹੀਂ ਹੁੰਦੀ, ਇਹ ਖੇਤੀ ਮੰਗਦੀ ਹੈ ਕਿਰਤ। ਕੀ ਮੰਗਦੀ ਹੈ? ਕਿਰਤ ਨੂੰ ਕੀ ਕਹਿੰਦੇ ਆਪਾਂ? ਕੰਮ, ਮਿਹਨਤ। ਠੀਕ ਹੈ। ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਸਿਧਾਂਤ ਦਿੱਤਾ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਅਤੇ ਦੀਵਾਨਾਂ ਵਾਲੇ ਬਾਬਿਆਂ ਨੇ ਸਾਨੂੰ ਸਿਧਾਂਤ ਦਿੱਤਾ, ਨਾਮ ਜਪੋ, ਵੰਡ ਕੇ ਵੀ ਨਾ ਛਕੋ, ਸਾਡੇ ਕੋਲ ਸਿੱਟ ਜਾਓ। ਸਹੀ ਗੱਲ ਹੈ ਕਿ ਗਲਤ? ਕੋਈ ਦੀਵਾਨਾਂ ਵਾਲਾ ਬਾਬਾ ਕਿਰਤ ਕਰਦਾ ਵੇਖਿਆ ਹੈ? ਕੁੱਤੇ ਕੱਤੇ ਵੀ ਪਾਲਦੇ ਅੱਜ ਕੱਲ੍ਹ ਵਾਲੇ, ਬੂਟ ਵੀ 56,000 ਦੇ। ਗੁਰੂ ਨਾਨਕ ਜਿਹੜਾ ਸਿੱਖ, ਸਿੱਖ ਗੁਰੂ ਦਾ ਸਿੱਖ, ਉਹ ਕਿਰਤ ਨਹੀਂ ਛੱਡ ਸਕਦਾ, ਬਾਕੀ ਭਾਵੇਂ ਦੁਨੀਆਂ ਛੱਡ ਦੇ। ਅਤੇ ਜਿਹੜੇ ਗੁਰੂ ਦੇ ਨਾਂ 'ਤੇ ਭੇਖੀ ਪਖੰਡੀ ਲੋਕਾਂ ਨੂੰ ਮੂਰਖ ਬਣਾ ਕੇ ਭੇਡਾਂ ਨੂੰ ਬਿਠਾ ਕੇ ਆਪਦੇ ਮੂਹਰੇ ਮਨ ਘੱਟ ਦੀਵਾਨ ਲਾਉਂਦੇ ਆ, ਕਹਾਣੀਆਂ ਬਾਤਾਂ ਚਲਾਉਂਦੇ ਆ, ਉਹ ਆਪ ਡੱਕਾ ਵੀ ਨਹੀਂ ਤੋੜਦੇ। ਸਮਝ ਰਹੇ ਹੋ? ਤਾਂ ਗੁਰੂ ਸਾਹਿਬ ਨੇ ਕਿਹਾ ਕਿਰਤ ਕਰੋ। ਇਹਦਾ ਮਤਲਬ ਕੀ ਹੈ? ਜਿਹੜਾ ਬੰਦਾ ਕਿਰਤ ਨਹੀਂ ਕਰਦਾ ਉਹ ਨਾਮ ਜਪਣ ਦਾ ਅਧਿਕਾਰੀ ਨਹੀਂ, ਅਤੇ ਜਿਹੜਾ ਬੰਦਾ ਨਾਮ ਨਹੀਂ ਜਪਦਾ ਉਹ ਵੰਡ ਕੇ ਖਾ ਲੂ ਹੈ ਜੀ ਨਹੀਂ। ਤਾਂ ਇਸੇ ਕਰਕੇ ਗੁਰੂ ਸਾਹਿਬ ਨੇ ਸਿੱਖ 'ਤੇ ਪਹਿਲੀ ਬੰਦਿਸ਼ ਲਾਈ, ਕਿਰਤ ਕਰ, ਨਾਮ ਜਪ, ਵੰਡ ਛੱਕ, ਇਹਦੇ ਵਿੱਚ ਹੀ ਸਰਬੱਤ ਦਾ ਭਲਾ। ਸਹੀ ਗੱਲ ਹੈ ਕਿ ਗਲਤ ਗੱਲ ਹੈ? ਅਤੇ ਸਰਬੱਤ ਦਾ ਭਲਾ ਕਿਰਤ ਨੂੰ ਪਹਿਲ ਦੇ ਕੇ ਉਹਦੇ 'ਚੋਂ ਹੁੰਦਾ ਕਿਵੇਂ? ਕਿਰਤ ਦੇ ਵਿੱਚ ਕੀ ਤਾਕਤ ਆ? ਕਿਰਤ ਤੁਹਾਨੂੰ ਕਿੱਥੋਂ ਕਿੱਥੇ ਲਿਜਾ ਸਕਦੀ ਹੈ ਉਹਨੂੰ ਸਮਝ ਲਓ। ਹੁਣ ਕਿਰਤ ਮਤਲਬ ਕੰਮ, ਤੁਹਾਨੂੰ ਮੇਰੇ ਤੱਕ ਕੰਮ ਪਵੇ, ਤੁਹਾਨੂੰ ਕੋਈ ਕੰਮ ਹੈ ਉਸ ਕੰਮ ਨੂੰ ਕਰਨ ਲਈ ਤੁਹਾਨੂੰ ਮੇਰੀ ਲੋੜ ਪੈਗੀ। ਜਦੋਂ ਕੋਈ ਕੰਮ ਆਉਂਦਾ ਤਾਂ ਲੋੜ ਪੈਂਦੀ ਹੈ ਕਿ ਨਹੀਂ? ਤਾਂ ਕਿਰਤ 'ਚੋਂ ਲੋੜ ਪੈਦਾ ਹੁੰਦੀ ਹੈ। ਕੀ ਪੈਦਾ ਹੁੰਦੀ ਹੈ? ਪੁਰਾਣੀ ਖੇਤੀ 'ਚ ਇੱਕ ਦੂਜੇ ਦੀ ਲੋੜ ਅੱਜ ਨਾਲੋਂ ਵੱਧ ਸੀ ਕਿ ਘੱਟ ਸੀ? ਵੱਧ ਸੀ, ਕਿਉਂਕਿ ਜਿਹੜਾ ਕੰਮ ਅੱਜ ਇੱਕ ਬੰਦਾ ਕਰਦਾ ਉਦੋਂ 10 ਬੰਦੇ ਕਰਦੇ ਸੀ। ਠੀਕ ਹੈ। ਕਿਰਤ 'ਚੋਂ ਕੀ ਪੈਦਾ ਹੁੰਦੀ ਹੈ? ਲੋੜ। ਅੱਜ ਵਾਲੀ ਖੇਤੀ 'ਚ ਕਿਰਤ ਘੱਟ ਆ ਕਿ ਵੱਧ ਪੁਰਾਣੀ ਖੇਤੀ ਦੇ ਮੁਕਾਬਲੇ? ਘੱਟ ਆ, ਤਾਂ ਲੋੜ ਵੀ ਘਟੂਗੀ। ਤਾਂ ਕਿਰਤ 'ਚੋਂ ਪੈਦਾ ਹੋਈ ਲੋੜ, ਲੋੜ 'ਚੋਂ ਪੈਦਾ ਹੁੰਦਾ ਸੰਪਰਕ, ਤੁਹਾਨੂੰ ਮੇਰੀ ਲੋੜ ਪੈਦਾ ਹੋਗੀ ਵੀ ਗੁਰਪ੍ਰੀਤ ਦਬੜੀ ਖਾਨੇ ਨੂੰ ਸੱਦੀਏ ਵੀ ਕਿਸਾਨਾਂ ਨੂੰ ਮਾੜੀ ਮੋਟੀ ਜਾਣਕਾਰੀ ਦੇ ਕੇ ਜਾਵੇ, ਤਾਂ ਫਿਰ ਤੁਸੀਂ ਮੈਨੂੰ ਸੰਪਰਕ ਹੀ ਕਰੋਗੇ, ਫੋਨ 'ਤੇ ਕਰੋਗੇ। ਠੀਕ ਹੈ। ਤਾਂ ਸੰਪਰਕ ਕਰਨ ਤੋਂ ਬਾਅਦ ਜਦੋਂ ਵਾਰ ਵਾਰ ਸੰਪਰਕ 'ਚ ਰਹੀਏ, ਇੱਕ ਵਾਰੀ ਦਾ ਸੰਪਰਕ ਹੋਰ ਚੀਜ਼ ਆ, ਵਾਰ ਵਾਰ ਦਾ ਜਿਹੜਾ ਸੰਪਰਕ ਆ ਉਹ ਬਣ ਜਾਂਦਾ ਤਾਲਮੇਲ। ਕੀ ਬਣ ਗਿਆ? ਤਾਲਮੇਲ। ਕਿਰਤ 'ਚੋਂ ਲੋੜ, ਲੋੜ 'ਚੋਂ ਸੰਪਰਕ, ਸੰਪਰਕ 'ਚੋਂ ਤਾਲਮੇਲ। ਠੀਕ ਹੈ। ਅਤੇ ਤਾਲਮੇਲ 'ਚੋਂ ਭਰੋਸਾ, ਤਾਲਮੇਲ 'ਚੋਂ ਜਦੋਂ ਆਪਾਂ ਇੱਕ ਦੂਜੇ ਨਾਲ ਕਹਿੰਦੇ ਨਾ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ, ਤਾਂ ਜਦੋਂ ਸਾਡਾ ਕਿਸੇ ਨਾਲ ਵਾਹ ਪੈਂਦਾ ਜਾਂ ਤਾਂ ਸਾਡਾ ਭਰੋਸਾ ਚੱਕਿਆ ਜਾਊ ਅਤੇ ਜਾਂ ਭਰੋਸਾ ਬਣ ਜੂ, ਤਾਂ ਤਾਲਮੇਲ 'ਚੋਂ ਕੀ ਬਣੂਗਾ? ਭਰੋਸਾ ਵੀ ਬੰਦਾ ਕੰਮਦਾ ਆ, ਕੋਈ ਚੱਕਰ ਨਹੀਂ, ਅੱਖਾਂ ਵੇਚ ਕੇ ਭਰੋਸਾ ਕਰ ਸਕਦੇ ਹਾਂ। ਅਤੇ ਭਰੋਸੇ 'ਚੋਂ ਕੀ ਪੈਦਾ ਹੁੰਦਾ? ਜਿੱਥੇ ਭਰੋਸਾ ਆ ਗਿਆ ਉੱਥੇ ਪ੍ਰੇਮ, ਭਰੋਸੇ 'ਚ ਕੀ ਆ? ਪ੍ਰੇਮ। ਅਤੇ ਜਿੱਥੇ ਪ੍ਰੇਮ ਆ ਉੱਥੇ ਇੱਕ ਦੂਜੇ ਦੀ ਫਿਕਰ ਆ ਕਿ ਨਹੀਂ? ਠੀਕ ਹੈ। ਜਿੱਥੇ ਪ੍ਰੇਮ ਆ ਉੱਥੇ ਇੱਕ ਦੂਜੇ ਦੀ ਫਿਕਰ ਆ, ਅਤੇ ਜਿੱਥੇ ਇਹ ਆ ਉੱਥੇ ਭਾਈਚਾਰਾ। ਕੀ ਆ ਉੱਥੇ? ਉੱਥੇ
ਭਾਈਚਾਰਾ ਤੇ ਜਿੱਥੇ ਭਾਈਚਾਰਾ ਉੱਥੇ ਕੀ ਹੈ ਜਿੱਥੇ ਭਾਈਚਾਰਾ ਉੱਥੇ ਇੱਕ ਆ ਇੱਕ ਚ ਬਲ ਵੀ ਹੁੰਦਾ ਤੇ ਇੱਕ ਚ ਬਰਕਤ ਵੀ ਹੁੰਦੀ ਹੈ ਸਹੀ ਗੱਲ ਆ ਕਿ ਗਲਤ ਗੱਲ ਆ ਇੱਕ ਚੋਂ ਕੀ ਪੈਦਾ ਹੁੰਦਾ ਬਰਕਤ ਤੇ ਬਲ ਸ਼ੁਰੂਆਤ ਕਿੱਥੋਂ ਹੋਈ ਹੈ ਸਾਰੇ ਕਾਸੇ ਦੀ ਤੇ ਤੁਹਾਨੂੰ ਕੀ ਲੱਗਦਾ ਵੀ ਗੁਰੂ ਨਾਨਕ ਨੂੰ ਹੀ ਆਉਣ ਗਿਆ ਸੀ ਤੇ ਉਹੀ ਲਿਖ ਗਏ ਡੂੰਘੀਆਂ ਰਮਜਾ ਇੱਕ ਇੱਕ ਚੀਜ਼ ਤਰਤੀਬ ਵੱਧ ਲਿਖੀ ਹੋਈ ਹੈ ਐਵੇਂ ਨਹੀਂ ਤੇ ਆਪਾਂ ਛੱਡੀ ਕੀ ਬੈਠੇ ਹਾਂ ਅੱਜ ਕੱਲ੍ਹ ਕਿਰਤ ਅਗਰ ਮੰਨਣਾ ਗੁਰੂ ਨਾਨਕ ਨੂੰ ਤੇ ਗੁਰੂ ਨਾਨਕ ਦੀ ਨਹੀਂ ਮੰਨਣੀ ਐਂ ਤਾਂ ਨਹੀਂ ਬੇੜੇ ਪਾਰ ਹੋਣੇ ਖੇਤੀ ਉਹ ਕਰਦੀ ਆ ਜਿਹਦੇ ਵਿੱਚ ਛੇਤੀ ਵਿਹਲੇ ਹੋ ਕੇ ਬੋਰਡ ਥੱਲੇ ਬਹਿ ਕੇ ਤਾਸ਼ ਕੁੱਟੀਏ ਜਾਂ ਰੈਲੀਆਂ ਤੇ ਜਾਈਏ ਵਿਹਲਾ ਮਨ ਸ਼ੈਤਾਨ ਦਾ ਘਰ ਤਾਂ ਵਿਹਲੇ ਬੰਦਿਆਂ ਨੂੰ ਵਰਤਿਆ ਜਾਂਦਾ ਪੋਲੀਟੀਕਲ ਪਾਰਟੀਆਂ ਵੀ ਵਰਤਦੀਆਂ ਦਵਾਮਾਂ ਵਾਲੇ ਬਾਬੇ ਵੀ ਵਰਤਦੇ ਆ ਮੂਸੇ ਵਾਲਾ ਵੀ ਵਰਤਦਾ ਉਹ ਬੱਬੂ ਮਾਨ ਵੀ ਵਰਤਦਾ ਹੈ ਟਿਕਟੋਕ ਵਾਲੇ ਵੀ ਵਰਤਦੇ ਆ ਫੇਸਬੁੱਕ ਵਾਲੇ ਵੀ ਵਰਤਦੇ ਆ ਵਿਹਲੇ ਵਾਲੋਂ ਵਰਤ ਕੇ ਸਾਰੇ ਬੰਦੇ ਪੈਸਾ ਕਮਾ ਰਹੇ ਆ ਗੱਲ ਗਲਤ ਆ ਕਿ ਸਹੀ ਆ ਵਿਹਲਿਆਂ ਨੂੰ ਵਰਤ ਕੇ ਸਾਰੇ ਬੰਦੇ ਪੈਸਾ ਕਮਾ ਰਹੇ ਆ ਤੇ ਵਿਹਲੇ ਕਹਿੰਦੇ ਆ ਸਰਕਾਰ ਸਾਨੂੰ ਬਰਬਾਦ ਕਰਦੀ ਆ ਬਈ ਕੰਮ ਲੱਗ ਜਾਓ ਜਿਹੜਾ ਬੰਦਾ 8 ਘੰਟੇ ਖੇਤ ਚ ਰਿਹਾ ਉਹਨੂੰ ਕੋਈ ਵਰਤ ਜੂਗਾ ਹੀ ਹੈ ਉਹਦੇ ਕੋਲ ਰੈਲੀ ਚ ਜਾਣ ਦਾ ਟਾਈਮ ਹੋਊ ਦੁਕਾਨ ਚ ਜਾਣ ਦਾ ਨਹੀਂ ਉਹ ਤਾਂ ਘਰੇ ਆਊਗਾ ਇਸ਼ਨਾਨ ਕਰੂਗਾ ਉਹਨੂੰ ਸੁਰਤ ਆਜੂ ਸੁਰਤ ਆਈ ਤਾਂ ਰੋਟੀ ਖਾ ਲਈ ਰੋਟੀ ਖਾ ਕੇ ਸੁਰਤ ਟਿਕਾਣੇ ਆਜੂ ਤੇ ਉਹ ਮੰਜੇ ਤੇ ਨਾ ਚੌਂਕੜੀ ਮਾਰ ਕੇ 10 ਮਿੰਟ ਆਪੇ ਹੀ ਵਾਹਿਗੁਰੂ ਕਰ ਲੂ ਨਾਮ ਜਪ ਲੂ ਉਹਨੂੰ ਨਾਮ ਜਪਾਉਣ ਵਾਸਤੇ ਕਿਸੇ ਦੀਵਾਨ ਵਾਲੇ ਬਾਬੇ ਦੀ ਲੋੜ ਨਹੀਂ ਪੈਣੀ ਠੀਕ ਹੈ ਤਾਂ ਨਾ ਕਿਸੇ ਹੋਰ ਨੇ ਉਹਨੂੰ ਵਰਤਣਾ ਫਿਰ ਤੇ ਜਦੋਂ ਬੰਦਾ 8 ਘੰਟੇ ਖੇਤ ਆ ਤਾਂ ਖੇਤ ਦੇ ਵਿੱਚ ਕੀ ਆ ਬਈ ਕੁਦਰਤ ਹੈ ਜਿਹੜਾ ਬੰਦਾ 8 ਘੰਟੇ ਕੁਦਰਤੀ ਵਾਤਾਵਰਨ ਜਾਂ ਕੁਦਰਤ ਦੇ ਅੰਗ ਸੰਗ ਉਹਦੇ ਮਨ ਚ ਗੈਰ ਕੁਦਰਤੀ ਵਿਚਾਰ ਆਊ ਹੈ ਪੁੱਠੇ ਸਿੱਧੇ ਵਿਚਾਰ ਆਉਣਗੇ ਅਤੇ ਤਾਂ ਔੜ ਦਿੰਦੀਆਂ ਨਹੀਂ ਤੇ ਹੁਣ ਆਪਾਂ ਸਾਰੇ ਕਿਤਿੱਤੀ ਹੈ ਚਿੱਟੀ ਦਾੜੀ ਤੋਂ ਲੈ ਕੇ ਫੁੱਟ ਦੀ ਦਾੜੀ ਤੱਕ ਕਿ ਨਹੀਂ ਕਿਤਿੱਤੀ ਕਿਤਿੱਤੀਆਂ ਦੀ ਕੌਮ ਪੰਜਾਬ ਠੀਕ ਹੈ ਵਿਹਲਾ ਵਿਹਲਾ ਵਿਹਲ ਕੁੜਾ ਵਿਹਲਾ ਪਾਣ ਕਿਤਿੱਤਾਂ ਦਾ ਘਰ ਉਹਨਾਂ ਕਿਤਿੱਤਾਂ ਦੀ ਕੀਤੀ ਪਾ ਰਹੇ ਇਹਨੂੰ ਵਰਤੋਂ ਸਿੱਖਣ ਵਾਸਤੇ ਸਿੱਖ ਆਪਾਂ ਆਪਣਾ ਤਾਂ ਕੰਮ ਹੀ ਸਿੱਖਣਾ ਤੇ ਸਾਂਝਾ ਕਰਨਾ ਇਹਨੂੰ ਵਰਤੋਂ ਸਿੱਖੋ ਆਪਦਾ ਜਿਹੜੇ ਵੀ ਕੰਮ 'ਚ ਆ ਉਸ ਕੰਮ ਨੂੰ ਡੂੰਘਾਈ ਤੱਕ ਜਾਓ ਉਹਦੀ ਉਹਨੂੰ ਸਿੱਖੋ ਤੇ ਸਿੱਖ ਕੇ ਫਿਰ ਅੱਗੇ ਲੱਗੋ ਫਿਰ ਉਹਨੂੰ ਸਿਰੇ ਚੜ੍ਹਾਓ ਫਿਰ ਦੱਸੋ ਕੀ ਬਣਦਾ ਠੀਕ ਹੈ ਹੁਣ ਬਰਕਤ ਤੇ ਬਲ ਇਹਦਾ ਇਹ ਕਦੇ ਦੇਖੇ ਤੁਸੀਂ ਇਹਨਾਂ ਦਿਨਾਂ 'ਚ ਹੈਗੇ ਆ ਇਹ ਦਿੱਲੀ ਵਾਲਾ ਜਿਹੜਾ ਕੰਮ ਹੋਇਆ ਉਹ ਬਿਨਾਂ ਬਰਕਤ ਤੋਂ ਹੋ ਗਿਆ 650 ਕਰੋੜ ਰੁਪਇਆ ਇਹ ਤੋਂ 2 ਮਹੀਨੇ ਪਹਿਲਾਂ ਲੱਗ ਗਿਆ ਤੇ ਉਹ ਪੈਸਾ ਕਿੱਥੋਂ ਆਇਆ ਫਿਰ ਬਰਕਤ ਚੋਂ ਤੇ ਜਿਹੜਾ 26 ਜਨਵਰੀ ਨੂੰ ਹੋਇਆ ਸੀ ਉਹ ਕੀ ਸੀ ਉਹ ਬਾਲ ਸੀ ਸਾਰਾ ਕੁਛ ਹੀ ਹਿੱਲ ਗਿਆ ਉਹਦੇ ਨਾਲ ਸਾਡੇ ਕਿਸਾਨ ਯੂਨੀਅਨ ਨਾਲ ਸਾਡੇ ਸਰਕਾਰ ਵੀ ਆਹ ਕੀ ਹੋ ਗਿਆ ਠੀਕ ਹੈ ਮੈਂ ਤਾਂ ਤੁਹਾਨੂੰ ਇੱਥੋਂ ਤੱਕ ਪਹੁੰਚਣ ਦੇਣਾ ਚਾਹੁੰਦਾ ਕੋਈ ਬਰਕਤ ਇੱਕ ਮੁੱਠ ਏਕਾ ਨਹੀਂ ਕਰਨ ਦੇਣਾ ਚਾਹੁੰਦੇ ਤੁਹਾਨੂੰ ਜੇ ਇਹ ਹੋ ਗਿਆ ਤੇ ਉਹਨਾਂ ਨੇ ਇਹਦੇ ਮੂਹਰੇ ਉਹਨਾਂ ਨੂੰ ਝੁਕਣਾ ਪੈਣਾ ਜੇ ਨਾ ਝੁਕੇ ਤਾਂ ਇਹਨੇ ਆਹ ਹੋ ਜਾਣਾ ਠੀਕ ਹੈ ਜਦੋਂ ਆਹ ਹੋ ਗਿਆ ਤੇ ਫਿਰ ਉਹਨਾਂ ਨੇ ਭੱਜੇ ਨਹੀਂ ਦਿਉਣਾ
ठीक है तो थोनू ना तो इतने पहुंचन देना चाहते हैं ना इतने तो थोनू आए रखते वो किमें रखते आए रखा हो नहीं अकाली कांग्रसी आम आदमी बीजेपी है पिंड च बंदा एक भी नहीं आ बाकी सारे है गलत कह के सही क्या हम तुम बंदे बनना कि आही बने रहना जे तो बंदे बन गए तो बचा तो जे आही बने रहे उन्होंने 32 MLA एक दूजे के मुंडे कुड़िया बह है अकालिया के कांग्रसियों के बह या बीजेपी वाले के भी बह कुड़मो कुड़मी है तो तुम पड़ी जाओ एक दूजे के सिर क्योंकि तुम बंदे नहीं है बंदे बनो ठीक है वोट जिन्हों मर्जी पाओ सपोर्ट जी की मर्जी करो पर पहला आपका टब्बर फिर आपका पिंड उस तो बाद अगला समझ गए मैं थोड़ू यह नहीं कहता भी तुम पार्टियां पूटियां छड़ दो बने रहो पर पार्टी के उत्तों आपका टब्बर से आपका पिंड किमें बार दें असी आपके टब्बर दे सके पहला फिर आपके पिंड दे सके उस तो बाद जो कुछ बचा तो उन्ना को सपोर्ट करा जिन्ने के योगा वह हैगा कि नहीं सो ये चीज समझ लो तो हम आप इतों उठ के रहना के ये जरा सांझी सहयोगी खेती वाला मॉडल ये आप करना की है खेती दे खेती के वैसे तीन काम होंगे तुसी एक ही करते हो वो हैगा पैदावार एक होंगे प्रोसैसिंग एक होंगी मार्केटिंग कुल किन्ने पैदावार प्रोसैसिंग मार्केटिंग तुसी केड़ा करते हो पैदावार सांझी सहयोगी सरबत दे भले दी गुरु नानक खेती वाले मॉडल च तुसी तिन्ने काम करने हैं उहदे लई की चाहिए एका एका किन्ना दा हुंदा कामां दा के बंदियां दा है बंदियां दा ते पहला की बनना पऊ बंदे बंदे बनना मैनू 12 बंदे चाहिए आ एक पिंड चो 12 बंदे दे दिओ मैनू गुरु की कृपा नाल अंबानी तो तां खड़ा कर दूं तुहानू इह नहीं पता तुहाडे कोले की है ਤੁਹਾਡੀ ਤਾਕਤ ਕੀ ਹੈ ਅੰਬਾਨੀ ਕੋਲ ਕੀ ਆ ਬਈ ਹੈ ਪੈਸਾ ਇਸ ਵੇਲੇ ਅੰਬਾਨੀ ਕੋਲ ਕੀ ਹੈ ਪੈਸਾ ਪੈਸਾ ਕਾਹਦੇ ਨਾਲ ਬਣਦਾ ਉਹ ਬਾਈ ਨੇ ਬੋਲਿਆ ਸੀ ਕਾਹਦੇ ਨਾਲ ਆਪਣਾ ਦਿਮਾਗ ਤਾਂ ਕਹਿਣੇ ਰੱਖਿਆ ਅਕਾਲੀ ਕਾਂਗਰਸੀਆਂ ਕੋਲੇ गलत है कि सही है एक कैंप चो काली काली कांग्रेसी उठ के जावे भी यह तो बालिया सीधियां सुना ठीक है थोड़े चो भी हो सकता कोई उठ के जावे ठीक है जेडे उन्होंने सके हो जा बन गए जेडे पिंड के सके हो बैठे रहेंगे ठीक है पैसा कहदे नाल बनना दिमाग नाल ते दिमाग किहदे कोले हुंदा बंदिया कोले आपां बंदिया की गल करते हैं तो बंदे कोले दिमाग अंबानी भी बंदा मैं भी बंदा तुसी भी बंदे ठीक है वो आपके दिमाग नू वरत के पैसे बना रहा ते तुसी आपके दिमाग नू डब्बा बंद करके पैसे लुटा रहे हो गल तो दिमाग दिमाग दी है ठीक है सांझी सहयोगी सरबत दे भले दी गुरु नानक खेती मॉडल दे विच जिहड़े इह 12 बंदे है इन्हों ने आपके दिमाग तो भी कम लेना ठीक है तो दिमाग तो कम लेके नोट छापन गए क्योंकि बिना दिमाग तो नोट नहीं छापे जा सकते ठीक है तो जिन्ने चाहोगे उन्ने छापन गए तो ये तहत मैनू जो 12 बंदे चाहिए उन्होंने चो 6 बंद का कम है खेती के विच पैदावार करना किन्ने बंदे पैदावार च होणगे ते 4 होणगे प्रोसैसिंग च
जो पैदा किया शकल बदल के अगे मार्केट वाले दे देनी, तो मार्केट वाले उन्होंने कितने लैके जाएंगे, लोगों वेचणगे उन्होंने। ठीक है, हम यह तिने काम एक बंदा कर सकता नहीं, तैयो मरते अपने बंदे। जिहड़ियां कंपनियां के खिलाफ आप नारे लाने सरमाएदारी मुर्दाबाद, उन्हों का एक सिस्टम है। सही गल है कि गलत गल है? वो एक सिस्टम च चलदियां, एक उन्होंने उत्ते बैठा कुछ थले ऐदा पूरा अड्डो अड्ड जिम्मेदारियां फिक्स है। मेरा काम आ, तेरा काम आ, तेरा काम आ, ते एक दूजे तो उन्होंने काम की रिपोर्ट लैके एंड के सिरे ला लेना। सही गल है कि गलत? उसके बदले च उन्होंने की मिलता? तनखाह मिलती, पैसे मिलते, तो असी क्यों नहीं कर सकते बी है? जेड़े छे बंदे पैदावार वाले होणगे उन्होंने कुदरती खेती च बिना झाड़ कटे पूरी पैदावार की ट्रेनिंग मिलेगी, वह पैदावार के बाहर होणगे पूरी महारत। चार बंदियां नूं प्रोसैसिंग की पूरी महारत मिलेगी, दो बंदे गंजे नूं कंघी वेचण वाले बना देने आ, मार्केटिंग के पूरे अस्तर। ठीक है, हुण 12 बंदे काम ते लगे हुए, 12 बंदियां दी जिहड़ी जमीन है मान लो 20 किले जमीन है, मान लो 12 किले जमीन है, 50 किले जिन्नी भी है, दो बंदे जिहड़े मार्केट वाले है उन्होंने पूरे सूबे दे विच जां पूरे देश दे विच घूमना। ठीक है, उन्होंने घूम घूम के यह पता करना भी कि चीज़ की डिमांड वध है ते कित्थे विक सकती है। ठीक है, तो फिर वो जिहड़े हैगे आ पैदावार वाले कहणगे भी काका फलाने जिले च गुड़ की बहुत डिमांड है, इन्ना गन्ना ला लो। आए नहीं भी झोना ही झोना झोना ही झोना, इन्ना गन्ना ला लो, उत्थे सरों के तेल की डिमांड है इन्नी सरों ला लो, उत्थे अलसी के तेल की डिमांड है इन्नी अलसी ला लो। दलिया तुसी दलिया खरीद के लिया करे अजक हट्टी तो 10 रुपया का 200 ग्राम, तो किलो किन्ने का हो गया है? 40 का कि 50 का है? 50 रुपये किलो। अच्छा, दलिया बनाने से की किया उन्होंने, थोड़ी बेची हुई 19 रुपया वाली कणक चक्की चो कटती, दरड़ फरड़ करके लिफाफे पा के थोनू 50 रुपया च मरती। हम समझ प्रोसैसिंग किनू कहें? हाँ, इसे तो कहते हैं, पर असी तो सीटनी है, बेचणगे तो वह समझ रहे हो। जेड़े ये चार बंदे प्रोसैसिंग वाले आ ये थोनू दसणगे इन्ना दलिया चाहिए इन्नी कणक बीज लो। ठीक है, तो वो जो मार्केटिंग वाले वो दसणगे, तो प्रोसैसिंग वाले ने जो थोनू पैदावार वाले ने देता उन्हों अगे गन्ने गुड़ च शक्कर च टॉफिया च गुड़ कैंडी सुने, गुड़ कैंडी टॉफी अंगू गुड़ 1000-1200 रुपये किलो बिकता पाया पंजाब च, पर इतने नहीं पता होना किसी को। निक्किया निक्किया टॉफिया रैप करके ते 1200 रुपये किलो बिकता पाया, जो जिनी छोटी पैकिंग उन्ना रेट वध जांदा है। यह भाई कहता 50 रुपये किलो दलिया, हम दलिया किलो हों लै लेंगे 50 रुपया का, 200 ग्राम डसा का। मार्केटिंग का यह काम होंगे कि चीज बेचनी किमें है, छोटी पैकिंग ज्यादा मुनाफा, समझ रहे हो। पर आप करना नहीं, आपको सीटना आता बेचना आता ही नहीं। ठीक है, बेचण वास्ते बंदे बनना पऊ, आप अजे वह भी नहीं बनने तैयार। ठीक है, 12 बंदे चाहिए सिर्फ एक पिंड दे, हुण इह 12 बंदियां दी ताकत मैनू पता पर थोनू नहीं पता। अंबानी कोले पैसा, बिल गेट्स कोले पैसा, जिहड़ियां दे खिलाफ सरमाएदारी मुर्दाबाद दा नारा लाउणे आ उहनां कोले पैसा,
ਤੁਹਾਡੇ ਕੋਲੇ ਕੀ ਹੈ? ਤੁਹਾਡੇ ਕੋਲੇ ਦੋ ਚੀਜ਼ਾਂ, ਇੱਕ ਇੱਕ ਤਾਂ ਹੈਗਾ ਮਨੁੱਖੀ ਵਸੀਲੇ ਅਤੇ ਦੂਜੀ ਚੀਜ਼ ਹੈਗੀ ਆ ਜ਼ਮੀਨ। ਤੁਹਾਡੇ ਕੋਲੇ ਕੀ ਚੀਜ਼ਾਂ? ਜ਼ਮੀਨ ਅਤੇ ਮਨੁੱਖੀ ਵਸੀਲੇ। ਜਿਹੜਾ ਕਾਰਪੋਰੇਟ ਹੈ ਉਹ ਕੁਦਰਤੀ ਸੋਮਿਆਂ ਅਤੇ ਮਨੁੱਖੀ ਕਿਰਤ ਦੀ ਲੁੱਟ 'ਤੇ ਪਾਲਦਾ, ਸਮਝ ਰਹੇ ਹੋ? ਭਗਤ ਸਿੰਘ ਨੇ ਕਿਹਾ ਸੀ ਕਿਤੇ, ਜਦੋਂ ਤੱਕ ਮਨੁੱਖ ਤੋਂ ਮਨੁੱਖ ਦੀ ਅਤੇ ਕੁਦਰਤੀ ਸੋਮਿਆਂ ਦੀ ਲੁੱਟ ਹੁੰਦੀ ਰਹੇਗੀ, ਇਹ ਸੰਘਰਸ਼ ਇੱਦਾਂ ਹੀ ਚੱਲਦਾ ਰਹੇਗਾ। ਉਹ ਲੁੱਟ ਰੁਕਣੀ ਕਿਵੇਂ ਆ, ਉਹਦਾ ਮਾਡਲ ਕੌਣ ਦੇਊਗਾ? ਭਾਸ਼ਣ ਤਾਂ ਮੈਂ ਵੀ ਦੇ ਦੂੰਗਾ, ਲੁੱਟ ਰੁਕੂਗੀ ਕਿਵੇਂ? ਉਹ ਮਾਡਲ ਵੀ ਤਾਂ ਦੇਣਾ ਪਊ, ਠੀਕ ਆ? ਤਾਂ ਕੁਦਰਤੀ ਸੋਮਿਆਂ ਦੀ ਲੁੱਟ ਅਤੇ ਮਨੁੱਖੀ ਕਿਰਤ ਦੀ ਲੁੱਟ ਦੇ ਦਮ 'ਤੇ ਕਾਰਪੋਰੇਟ ਪਲਦਾ, ਠੀਕ ਹੈ? ਆਪਣੇ ਕੋਲ ਕੁਦਰਤੀ ਸੋਮਿਆਂ 'ਚੋਂ ਇੱਕ ਸੋਮਾ ਹੈਗਾ ਜ਼ਮੀਨ, ਅਤੇ ਜ਼ਮੀਨ ਹੇਠਲਾ ਪਾਣੀ, ਜਿਹਦਾ ਅਸੀਂ ਨਾਸ਼ ਮਾਰਤਾ, ਠੀਕ? ਅਤੇ ਜ਼ਮੀਨ ਦਾ ਵੀ ਨਾਸ਼ ਮਾਰਤਾ। ਅਤੇ ਜਿਹੜੀ ਸਾਡੀ ਆਪਦੀ ਤਾਕਤ ਹੈ ਮਨੁੱਖੀ ਵਸੀਲੇ, ਇਹਦੇ ਮੂਹਰੇ ਕੋਈ ਨਹੀਂ ਖੜ ਸਕਦਾ। ਜੇ ਸਾਡੀ ਕਿਰਤ ਦੀ ਲੁੱਟ ਕਰਕੇ ਉਹ ਅਮੀਰ ਹੋ ਸਕਦੇ ਆ, ਤਾਂ ਅਸੀਂ ਆਪਦੀ ਕਿਰਤ ਦੇ ਦਮ 'ਤੇ ਆਪ ਅਮੀਰ ਨਹੀਂ ਹੋ ਸਕਦੇ? ਇੱਥੇ ਵੀ ਨੌਕਰ ਬਣਨ ਵਾਸਤੇ ਤਿਆਰ ਬੈਠੇ ਆ, ਅਤੇ ਕਨੇਡਾ 'ਚ ਵੀ ਨੌਕਰ ਬਣਨ ਵਾਸਤੇ ਤਿਆਰ ਬੈਠੇ ਆ, ਅਤੇ ਉੱਥੇ ਜਾ ਕੇ ਕਰਨਾ ਕੀ ਆ? ਦਿਹਾੜੀਏ ਮਤਲਬ ਕਰਨੀ ਤਾਂ ਕਿਰਤ ਹੀ ਆ, ਪਰ ਆਪਦੀ ਖਾਤਰ ਨਹੀਂ ਕਰਨੀ, ਕਿਸੇ ਦੀ ਖਾਤਰ ਕਰਨੀ। ਜ਼ਮੀਨਾਂ ਦੇ ਮਾਲਕ ਜ਼ਮੀਨਾਂ ਵੇਚ ਕੇ ਕਨੇਡਾ ਜਾਣ ਵਾਸਤੇ ਤਿਆਰ ਹੈ, ਪਰ ਉਹਨਾਂ ਹੀ ਜ਼ਮੀਨਾਂ ਦੇ ਉੱਤੇ ਨਵੀਂ ਅਤੇ ਸੁਨਹਿਰੀ ਇਮਾਰਤ ਲਿਖਣ ਦਾ ਜਿਗਰਾ ਹਜੇ ਉਹ ਲਿਆ ਨਹੀਂ ਪਾ ਰਹੇ। ਜੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਭਲਾ ਨਹੀਂ, ਜਿਹੜੀ ਦਸਾਂ ਗੁਰੂਆਂ ਦੀ ਚਰਨ ਛੋਹ ਹੈ, ਕਿੰਨੇ ਹੀ ਸੰਤਾਂ ਮਹਾਤਮਾਵਾਂ ਦੀ ਚਰਨ ਛੋਹ ਧਰਤੀ ਹੈ, ਅਤੇ ਜਿੱਥੇ ਇੰਨੇ ਸੋਹਣੇ ਮੌਸਮ ਹੈ, ਜੇ ਇੱਥੇ ਰਹਿ ਕੇ ਸਾਡਾ ਭਲਾ ਨਹੀਂ ਤੇ ਮਿਲ ਦੀ ਢੋਈ ਕਨੇਡਾ ਵੀ ਨਹੀਂ, ਸਮਝ ਗਏ? ਆਪਦੀ ਮਿੱਟੀ ਦੀ ਤਾਕਤ ਪਹਿਚਾਣੋ, ਇਹਨੂੰ ਪਛਾਣੋ, ਇਹ ਤੁਹਾਨੂੰ ਕੀ ਦੇ ਸਕਦੀ ਹੈ ਅਤੇ ਤੁਸੀਂ ਇਹਨੂੰ ਕੀ ਦੇ ਰਹੇ ਹੋ, ਇਹਦਾ ਪਹਿਲਾਂ ਮੁਲਾਂਕਣ ਕਰੋ, ਅਤੇ ਫਿਰ ਧਿਆਨ 'ਚ ਆਜੂਗਾ ਵੀ ਅਸੀਂ ਕਿੱਥੇ ਹੈਗੇ ਹਾਂ ਅਤੇ ਕਿੱਥੇ ਜਾ ਸਕਦੇ, ਠੀਕ ਹੈ? ਤਾਂ ਇਸ ਮਾਡਲ ਤਹਿਤ ਜੇ ਆਪਾਂ ਖੇਤੀ ਕਰਦੇ ਹਾਂ ਤਾਂ ਸਾਡੇ ਕੋਲ ਜ਼ਮੀਨ ਹੈ, ਸਾਡੇ ਕੋਲ ਮਨੁੱਖੀ ਵਸੀਲੇ ਹੈ, ਅਤੇ ਇਹਨਾਂ ਦੋਨਾਂ ਦੀ ਵਰਤੋਂ ਕਰਕੇ ਅਸੀਂ ਪੈਸਾ ਪੈਦਾ ਕਰ ਸਕਦੇ ਹਾਂ। ਦੁਨੀਆ 'ਤੇ ਜਿਹੜਾ ਸਰਮਾਇਆ ਉਹ ਜਾਨ, ਜੰਗਲ, ਜ਼ਮੀਨ ਇਹਨਾਂ ਚੀਜ਼ਾਂ ਤੋਂ ਪੈਦਾ ਹੁੰਦਾ, ਕਿਰਤ ਦੀ ਲੁੱਟ ਕਰਦੇ ਹੋਏ ਦਿਹਾੜੀ ਪੂਰੀ ਦਿੰਦੇ ਹੁੰਦੇ ਆ ਜਿਹੜੇ ਕਾਰਪੋਰੇਟ ਆ, ਦਿਹਾੜੀ ਪੂਰੀ ਦਿੰਦੇ ਆ। ਇੱਕ ਨਵਾਂ ਕਾਨੂੰਨ ਬਣਾ ਰਹੀ ਹੈ ਲੇਬਰ ਐਕਟ, ਉਹਦੇ ਵਿੱਚ ਦਿਹਾੜੀ ਕਿੰਨੀ ਹੈ? 4600 ਰੁਪਇਆ ਮਹੀਨਾ, 260 ਰੁਪਏ, ਠੀਕ ਆ? 12 ਘੰਟੇ ਡਿਊਟੀ, ਮਤਲਬ ਕੰਮ ਦੇ ਘੰਟੇ ਵਧਾਓ, ਦਿਹਾੜੀ ਘਟਾਓ ਅਤੇ ਕੰਪਨੀਆਂ ਨੂੰ ਫਾਇਦਾ ਪਹੁੰਚਾਓ, ਸਮਝ ਰਹੇ ਹੋ? ਅਤੇ ਜਲ, ਜੰਗਲ, ਜ਼ਮੀਨ ਇਹਨਾਂ ਤੋਂ ਪੈਸਾ ਪੈਦਾ ਹੋਣਾ ਮਨੁੱਖ ਦੀ ਕਿਰਤ ਦੀ ਲੁੱਟ ਕਰਕੇ, ਠੀਕ ਹੈ? ਉਹਨਾਂ ਵੱਲੋਂ, ਆਪਾਂ ਨਹੀਂ ਕਰਨੀ, ਆਪਣਾ ਮਾਡਲ ਗੁਰੂ ਨਾਨਕ ਵਾਲਾ, ਸਾਂਝੀ ਸਹਿਯੋਗੀ ਸਰਬੱਤ ਦੇ ਭਲੇ ਦੀ ਗੁਰੂ ਨਾਨਕ ਖੇਤੀ, ਜਿਹਦੇ ਵਿੱਚ ਅਸੀਂ ਕਿਸੇ ਦੀ ਲੁੱਟ ਨਹੀਂ ਕਰਨੀ, ਇੱਕ ਦੂਜੇ ਦੇ ਸਹਿਯੋਗ ਨਾਲ ਅੱਗੇ ਵਧਣਾ। ਸਰਬੱਤ ਦੇ ਭਲੇ ਦਾ ਮਤਲਬ ਪਤਾ ਕੀ ਹੈ? ਜੇ ਹੈ ਤਾਂ ਸਭ ਲਈ, ਜੇ ਹੈ ਨਹੀਂ ਤਾਂ ਕਿਸੇ ਲਈ ਵੀ ਨਹੀਂ, ਠੀਕ ਹੈ ਜੀ? ਤਾਂ ਹੁਣ ਜਿਨ੍ਹਾਂ ਨੇ ਪੈਸੇ ਬਣਾਉਣੇ ਸੀ ਉਹਨਾਂ ਨੇ ਪਾਣੀ ਵੇਚ ਕੇ ਪੈਸੇ ਬਣਾਈ ਜਾਂਦੇ ਆ, ਉਹ ਹਵਾ ਵੇਚ ਕੇ ਪੈਸੇ ਬਣਾਈ ਜਾਂਦੇ ਆ, ਆਕਸੀਜਨ, ਏਅਰ ਪਿਊਰੀਫਾਇਰ, ਠੀਕ ਹੈ? ਇਹ ਦੋਨੇ ਜਿਹੜੇ ਕੁਦਰਤੀ ਸੋਮੇ ਆ ਉਹਨਾਂ ਦੀ ਬਦਕਿਸਮਤੀ ਅਤੇ ਸਾਡੀ ਖੁਸ਼ਕਿਸਮਤੀ ਨਾਲ, ਨਹੀਂ ਸਾਡੀ
ਉਹਨਾਂ ਦੀ ਖੁਸ਼ਕਿਸਮਤੀ ਅਤੇ ਸਾਡੀ ਬਦਕਿਸਮਤੀ ਨਾਲ ਕਿਸੇ ਦੇ ਨਾਂ ਨਹੀਂ ਚੜ੍ਹੇ ਹੋਏ ਕਾਨੂੰਨੀ ਰੂਪ 'ਚ। ਇਸ ਕਰਕੇ ਇਹ ਦੋਨੇ ਕੁਦਰਤੀ ਸੋਮਿਆਂ 'ਤੇ ਅਗਲਿਆਂ ਨੇ ਸਰਕਾਰਾਂ ਨਾਲ ਗਾਂਢੇ ਸਾਂਢੇ ਕਰਕੇ ਕਬਜ਼ਾ ਕਰ ਲਿਆ, ਠੀਕ ਹੈ। ਤੀਜਾ ਜਿਹੜਾ ਕੁਦਰਤੀ ਸੋਮਾ ਜਿਹਦੇ 'ਚੋਂ ਪੈਸਾ ਪੈਦਾ ਹੋਣਾ ਅਤੇ ਤਿੰਨ ਟਾਈਮ ਦੀ ਰੋਟੀ ਜਿਹੜੀ ਖਾਧੇ ਬਿਨਾਂ ਪੂਰਾ ਨਹੀਂ ਪੈਣਾ, ਜਿਹਦੇ ਹੱਥ 'ਚ ਹੋਊਗੀ ਉਹੀ ਕਿੰਗ ਹੋਊ। ਕਿਉਂ ਬਾਈ, ਉਹ ਕਿਹਦੇ ਹੱਥ 'ਚ ਇਸ ਵੇਲੇ? ਤੁਹਾਡੇ ਨਾਂ ਚੜ੍ਹੀ ਹੋਈ ਹੈ, ਉਹ ਜਿਹੜਾ ਕਾਨੂੰਨ ਹੈ ਕਾਲੇ ਉਹ ਲਾਗੂ ਹੋ ਵੀ ਜਾਣ ਤਾਂ ਵੀ ਓਨਾ ਚਿਰ ਤੁਹਾਡੀ ਜ਼ਮੀਨ ਤੁਹਾਡੇ ਹੱਥੋਂ ਨਹੀਂ ਜਾ ਸਕਦੀ ਜਿੰਨਾ ਕਰ ਜਿੰਨਾ ਚਿਰ ਸਾਈਨ ਕਰਕੇ ਨਹੀਂ ਦਿੰਦੇ। ਸਾਈਨ ਕਰ ਦਿਓਗੇ, ਮੈਂ ਦਿੰਦਾ 40 ਲੱਖ ਰੁਪਇਆ ਕਿੱਲੇ ਦਾ, ਕਰੋਗੇ? ਅੱਧੇ ਤੋਂ ਵੱਧ ਕਰਨਗੇ, 90% ਕਰਨਗੇ, ਠੀਕ ਹੈ। ਜ਼ਮੀਨ ਲੈਣ ਦੇ 3 ਤਰੀਕੇ ਆ, ਲਾਲਚ ਨਾਲ, ਧੱਕੇ ਨਾਲ ਅਤੇ ਮਜਬੂਰ ਕਰਕੇ। ਲਾਲਚ ਨਾਲ ਜਿੰਨੀ ਲੈਣੀ ਸੀ ਉਹ ਲੈ ਚੁੱਕੇ 2004 ਤੋਂ 2007 ਤੱਕ, ਧੱਕੇ ਨਾਲ ਜਿੰਨੀ ਲੈਣੀ ਸੀ ਉਹ ਵੀ ਲੈ ਚੁੱਕੇ, ਟਰਾਈਡੈਂਟ ਵਾਲੀ ਧੱਕੇ ਨਾਲ ਲਈ, ਯਾਦ ਆ ਸਰ? ਨਾ ਤਾਂ ਲਾਲਚ ਨਾਲ ਸਾਰੀ ਜ਼ਮੀਨ ਲਈ ਜਾ ਸਕਦੀ ਹੈ ਕਿਉਂਕਿ ਇਨਵੈਸਟਮੈਂਟ ਬਹੁਤ ਆ। ਜੇ ਸਾਰੀ ਜ਼ਮੀਨ 'ਤੇ ਧੱਕੇ ਨਾਲ ਕਬਜ਼ਾ ਕਰਨਾ ਤਾਂ ਬਗਾਵਤ ਹੋ ਸਕਦੀ ਹੈ। ਅਤੇ ਫਿਰ ਤੀਜਾ ਤਰੀਕਾ ਕੀ ਆ, ਵੀ ਬੰਦੇ ਨੂੰ ਮਜਬੂਰ ਕਰ ਦਿਓ ਵੀ ਅਗਲਾ ਕਹੇ ਅੰਕਲ ਜੀ ਜ਼ਮੀਨ ਲੈ ਲਓ, ਖਹਿੜਾ ਛੱਡੋ। ਆਪਣੇ 'ਚੋਂ ਕਿੰਨੇ ਬੰਦੇ ਜਿਹੜੇ ਖੁਸ਼ੀ ਖੁਸ਼ੀ ਖੇਤੀ ਕਰਦੇ, ਹੱਥ ਖੜਾ ਕਰੋ। ਆ 5-4 ਹੱਥ ਖੜੇ ਹੋਏ ਆ। ਅੱਛਾ, ਆਪਣੇ 'ਚੋਂ ਕਿੰਨੇ ਬੰਦੇ ਆ ਜਿਹੜੇ ਆਪਦੇ ਧੀਆਂ ਪੁੱਤਾਂ ਨੂੰ ਖੇਤੀ 'ਚ ਰੱਖਣਾ ਚਾਹੁੰਦੇ ਆ? ਉਹੀ 4 ਹੱਥ ਹੈ। ਹੈਂ, ਅਤੇ ਜੇ ਮੈਂ ਕਹਿ ਰਿਹਾ ਵੀ ਆਹ ਚੱਕੋ ਵਰਕ ਪਰਮਿਟ ਅਤੇ 30 ਲੱਖ ਰੁਪਇਆ ਦਿਓ, ਤਾਂ ਕਿੰਨੇ ਬੰਦੇ ਆ ਕਨੇਡਾ ਜਾਣ ਦਾ? ਹੈਂ, ਸਾਰੀ। ਹੁਣ ਮੈਨੂੰ ਮਤਲਬ ਜ਼ਮੀਨ ਛੱਡਣ ਵਾਸਤੇ ਅਸੀਂ ਤਿਆਰ ਹੈ, ਫਿਰ ਦਿੱਲੀ ਕਾਹਤੋਂ ਬੈਠੇ ਬਈ? ਮੈਨੂੰ ਸਮਝ ਨਹੀਂ ਆਉਂਦੀ ਵੀ ਦਿੱਲੀ ਕਿਉਂ ਬੈਠੇ ਹੈ। ਅੱਛਾ, ਚਲੋ ਬੈਠੇ ਹਾਂ, ਚੰਗੀ ਗੱਲ ਆ। ਅਸੀਂ ਜੇ ਆਪਦੀ ਮਰਜ਼ੀ ਨਾਲ ਛੱਡਣੀ ਹੋਊਗੀ ਛੱਡਾਂਗੇ, ਪਰ ਅਸੀਂ ਹਿੰਡ ਨਾਲ ਨਹੀਂ ਛੱਡਣੀ, ਐਂ ਬੈਠੇ ਹਾਂ ਅਸੀਂ ਦਿੱਲੀ, ਠੀਕ ਆ? ਆਹੀ ਗੱਲ ਨਿਬੜਦੀ ਆ। ਚਲੋ ਮੰਨ ਲਓ ਕਾਲੇ ਕਾਨੂੰਨ ਰੱਦ ਵੀ ਹੋ ਗਏ, ਮੋਦੀ ਤੋਂ ਜ਼ਮੀਨ ਬਚ ਵੀ ਗਈ, ਅਤੇ ਤੁਹਾਡੇ ਤੋਂ ਕੌਣ ਬਚਾਊ? ਜਿੰਨੀ ਫੋਰੇਟ ਤੁਸੀਂ ਸਿੱਟਦੇ ਆ ਜ਼ਮੀਨ 'ਚ, ਜਿੰਨਾ ਖੇਤ ਵਾਹ ਤੁਸੀਂ ਪਾਉਣੇ ਆ, ਜਿਹੜੀ ਜ਼ਮੀਨ ਅੱਧੇ ਗੱਤੇ ਤੋਂ ਚੱਲੀ ਸੀ ਉਹ 6-6 ਗੱਟਿਆਂ 'ਤੇ ਲੈ ਗਏ, ਅਤੇ ਕਿੰਨੇ ਕੁ ਗੱਟੇ ਹੋਰ ਝੱਲੂ? ਦੋਤੋਂ ਜ਼ਮੀਨ ਕੌਣ ਬਚਾਊ? ਸਵਾਲ ਆ ਕਿ ਨਹੀਂ? ਅੱਛਾ ਚਲੋ, ਫਿਰ ਵੀ ਕਾਲੇ ਕਾਨੂੰਨ ਰੱਦ ਹੋ ਗਏ ਅਤੇ ਸਾਥੋਂ ਜ਼ਮੀਨ ਸਾਡੀ ਕੋਈ ਬਚਾ ਨਹੀਂ ਸਕੇਗਾ, ਕਿਉਂਕਿ ਕਹਿੰਦੇ ਹੁੰਦੇ ਵੀ ਜਿਹੜਾ ਆਪਦੀ ਆਪਦੀਆਂ ਜੜ੍ਹਾਂ 'ਚ ਆਪ ਹੀ ਦਾਤੀ ਪਾਈ ਬੈਠਾ ਹੋਵੇ ਉਹਨੂੰ ਕੌਣ ਬਚਾਵੇ? ਅਤੇ ਜੇ ਲਾਗੂ ਹੋ ਗਏ ਚੰਗੀ ਤਰ੍ਹਾਂ, ਤਾਂ ਫਿਰ ਉਹਦਾ ਰਿਜ਼ਲਟ ਕੀ ਆ? ਉਹਦਾ ਰਿਜ਼ਲਟ ਆ ਵੀ 2-4 ਸਾਲਾਂ ਦੇ ਵਿੱਚ ਸਰਕਾਰੀ ਮੰਡੀਆਂ ਬੰਦ ਕਿਹਦੇ ਪੈਰੋਂ ਹੋਣਗੀਆਂ? ਕਿਸਾਨਾਂ ਦੇ ਪੈਰ ਹੈ, ਕਿਸਾਨਾਂ ਦੇ ਤੁਹਾਡੇ ਪੈਰੋਂ ਹੀ ਹੋਣੀਆਂ। ਮੰਡੀ ਮੈਂ 8% ਤੇ ਬਾਹਰ 1%, ਤਾਂ ਕਿਸਾਨ ਮੰਡੀ 'ਚ ਮਾਲ ਲੈ ਕੇ ਜਾਊਗਾ ਕਿ ਬਾਹਰ? ਹੁਣ ਵੀ ਬਹੁਤੇ ਤਾਂ ਸ਼ੈਲਰਾਂ 'ਚ ਹੀ ਲੈ ਕੇ ਜਾਂਦੇ ਆ, ਕਣਕ ਸੈਲੋ 'ਚ, ਝੋਨਾ ਸੈਲਰ 'ਚ ਜਾਂਦਾ ਕਿ ਨਹੀਂ? ਠੀਕ ਹੈ, ਜਦੋਂ ਮੰਡੀ 'ਚ ਮਾਲ ਆਉਣਾ ਹੀ ਬੰਦ ਹੋ ਗਿਆ ਤਾਂ ਸਰਕਾਰ ਕੀ ਕਰੂਗੀ ਫਿਰ? ਵੀ ਜਦੋਂ ਇੱਥੇ ਕੋਈ ਆਉਂਦਾ ਹੀ ਨਹੀਂ ਅਸੀਂ ਕਿਉਂ ਇੰਨਾ ਤਾਮ ਝਾਮ ਖਰਚਾ ਕਰੀਏ? ਤਾਂ ਸਰਕਾਰ ਦੀਆਂ ਏਜੰਸੀਆਂ ਬਾਹਰ ਹੋ ਜਾਣਗੀਆਂ ਅਤੇ ਖੇਡ ਕਿਹਦੇ ਹੱਥ 'ਚ ਰਹਿ ਜੂਗੀ? ਵਪਾਰੀ ਦੇ। ਅਤੇ ਵਪਾਰੀ ਦੇ ਹੱਥ 'ਚ ਜਦੋਂ ਖੇਡ ਆ ਗਈ ਤਾਂ ਤੁਹਾਡੇ ਨਾਲ ਬਿਹਾਰ ਵਾਲੀ ਹੋਣੀ ਹੈ। 6-7 ਦੇ ਵਿੱਚ ਉੱਥੇ ਮੰਡੀਆਂ ਬੰਦ ਹੋ ਗਈਆਂ, ਇਹ ਕਾਨੂੰਨ ਲਾਗੂ ਹੋਇਆ, 2-4 ਸਾਲਾਂ 'ਚ ਮੰਡੀਆਂ ਬੰਦ ਹੋ ਗਈਆਂ, ਅਤੇ ਉਸ ਤੋਂ ਬਾਅਦ ਕੀ ਹੋਇਆ? ਝੋਨਾ 1100 ਨੂੰ, 800 ਨੂੰ, 900 ਨੂੰ, ਕਣਕ 1200 ਨੂੰ,
ते किन्ने साल तुसी इन्ने कदे गुजारा कर लोगे? एक साल नहीं कटे जाने रुड़िया लिमटा ही 50-50 लाख खड़ गया है। ते फिर तुसी कहोगे उधरों डीजल का रेट आए साल घटी जाता है ना, आए दिन डीएपी का भी थले आ रहा, यूरिए का रेट भी थले आ रहा, तो खेती महंगी हो रही है लगातार। तो रेट हो जूगा डाउन 1100 नूं झोना, 1300 नूं कणक, व्यापारी की मर्जी। किन्ने क साल करोगे? नहीं होनी ना। फिर की है जेडे हुणे ही कही जांदे वी असीं कनेडा जाण नूं तैयार है, तो फिर की होगा? लिख लिख के आप देणगे भी साथों नहीं होंदी भाई, आप ही कर लो। ये तुहाडे भविख का नक्शा जे आही खेती करोगे, समझ गए? जे आही खेती करोगे तुहाडा भविख तुहाडे सामने रखता। यही भविख चाहिए कि बदल दिए? उही बदल जूगे किरत नाल। किरत करन वास्ते किन्ने क बंदे तैयार है? 8 घंटे खेत, हाथ फेर नहीं खड़ा हो रहा। आ भाई गुरप्रीत सिंह पिंड दा हैगा कल्याण सुखा, ठीक है, ये पंजाब एग्रो दे विच बाई जी नौकरी करते हैं, वधिया वधिया पोस्ट ते है, ठीक है। इन्हां नूं इत्थे जदों हाजिर होना टाइम आ 8:30 दा, ते होना ही पैंदा। फिर इन्हां दी ड्यूटी बादल वाले किन्नू प्लांट च रात नूं 12 बजे तक भी साह नहीं हैगा, ठीक है। मैनू कह करे भाई तू मैनू इत्थे ही आके मिल जा, मैथों तां आई जाणी, ठीक है। मतलब नौकरी की ते नखरा की, समझ गए? ता ए बंदा 8 to 12 घंटे ड्यूटी बजाउंदा पिया, 16 भी बजाउंदा पिया, ठीक है। ओहदे इहनूं पैसे मिलदे आ, भेजू कि तुसी करदे हो खेती, ड्यूटी वांगू ही कर लो, लाओ तां खेत 8 घंटे, ते जे खेत तुहानूं पिछा दे जे फिर मैनूं क्यों? गल सही है जी तुहाडी, कोई सेठ हैगा 4 घंटे दुकान ते बहलेगा, हां शांति शांति शांति, इधर आ जाओ, इधर आपस दे विच नहीं उन्हें करया था, उन्हें बोलना करया जिवें आपां गल पुछी है सुनो भी। ओ बस बोलिया किसी चुप कराउण वाले फड़े हो गए। गल ये आ उन्होंने करया, जदों करया सी उदों आ हालात तां है नहीं सी, ठीक है। जदों करदे सी ते सब कुछ सी, ते जिवें जिवें छड्डिया ਉਵੇਂ ਸਭ ਕੁਛ ਜਾਂਦਾ ਗਿਆ। ਆਪਾਂ ਗੱਲ ਕੀਤੀ ਆ ਅੱਜ ਦੇ ਟਾਈਮ ਦੀ, ਕਈਆਂ ਦੇ ਜਵਾਕਾਂ ਨੂੰ ਖੇਤ ਨਹੀਂ ਪਤਾ, ਠੀਕ ਹੈ, ਬੁੜੀਆਂ ਨੂੰ ਨਹੀਂ ਪਤਾ। ਪਹਿਲਾਂ ਸਾਡੀਆਂ ਬੁੜੀਆਂ ਨੂੰ ਵੀ ਖੇਤ ਦਾ ਚੱਪਾ ਚੱਪਾ ਪਤਾ ਹੁੰਦਾ ਸੀ, ਕਿਹੜੇ ਖੇਤ ਕਿਹੜੇ ਪਾਸੇ ਆ, ਠੀਕ ਹੈ। ਹੁਣ ਬੁੜੀਆਂ ਨੂੰ ਮੈਨੂੰ ਲੱਗਦਾ ਖੇਤ ਗਈਆਂ ਨੇ 20 ਸਾਲ ਹੋ ਗਏ ਹੋਣੇ, ਠੀਕ ਹੈ। ਕੁਦਰਤੀ ਖੇਤੀ ਵਾਲੀਆਂ ਨੇ ਤਾਂ ਜਾਂਦੀ ਹੈ। ਤਾਂ ਮੁੱਦਾ ਇਹ ਹੈ ਤੁਸੀਂ ਖੇਤ ਨੂੰ 8 ਘੰਟੇ ਦਿਓ। ਹੁਣ ਬਈ 8 ਘੰਟੇ ਕਿਹੜੇ ਖੇਤ ਨੂੰ ਦੇਣੇ ਆ? ਝੋਨੇ ਵਾਲੇ ਨੂੰ ਦਿੱਤੇ ਜਾ ਸਕਦੇ 8 ਘੰਟੇ? ਨਹੀਂ। ਕਣਕ ਵਾਲੇ ਨੂੰ ਦਿੱਤੇ ਜਾ ਸਕਦੇ ਆ? ਨਹੀਂ। ਤੇ ਫਿਰ 8 ਘੰਟਿਆਂ ਵਾਲੀ ਖੇਤੀ ਵੀ ਤਾਂ ਕਰਨੀ ਪਊ, 8 ਘੰਟਿਆਂ ਵਾਲੀ ਖੇਤੀ ਵੀ ਕਰਨੀ ਪਊ। ਤਾਂ ਹੁਣ ਤੁਹਾਡੀ ਸਮਝ ਆ ਜਿਹੜੀ, ਉਹਨੂੰ ਮੈਂ ਇੱਥੇ ਲਿਖਦਾ। ਤੁਹਾਡੀ ਸਮਝ ਇਹ ਹੈ ਕਿ 1 ਕਿੱਲੇ ਚੋਂ ਸਾਲ ਦਾ ਕਣਕ ਝੋਨੇ ਦਾ 65,000 ਰੁਪਇਆ ਬਚਦਾ, ਜਿਹਦੇ ਕੋਲ ਆਪਦੇ ਸੰਦ ਸਾਧਨ ਤੇ ਆਪਦੀ ਜ਼ਮੀਨ। ਸਹੀ ਲਿਖਿਆ ਕਿ ਗਲਤ ਲਿਖਿਆ?
ठीक है तानू थी समझ ये है भी कि 65,000 का होगा समझ गए ये थोड़ी समझ है सोच है जो जी सोच होगी ओहो जी फसल बीजा लख दे जो जी सोच होगी ओहो जी फसल बीजा ओहो जी ब्यौत बनावी जो जी सोच ओहो जी ब्यौत तो ब्यौत मुताबक फसल ठीक है तो जे अपनी सोच होगा भी किले तो 5 लाख पहला तो ब्यौत कि होगी 5 लाख वाली खेती कि होगी 5 लाख वाली तो मेहनत कि होगी 65,000 वाली मेहनत कि होगी 5 लाख वाली हूँ मैं दसो भी 5 लाख किले चो कढ़िया जा सकता कि नहीं कढ़िया जा सकता इस नी बनना 5 लाख ए बनना जिन्हों की खातर करते हैं ये खेती तुसी आपकी खातर आपके जवाकों की खातर करते हैं ये तो तुम आड़ती है बैंक पालन वास्ते करते हैं वो पली जाते हैं जे तुम आपके बच्चों की खातर खेती करते होंगे तो उन्होंने दिन से 3 बारी जहर थोड़ी कमाते मैं बोल सकता एक अपना बेली है समराले जमीन बंदे को है नहीं उन्होंने पिंड के समराले पिंड के गए हुए कनेडा उन्हें 5 सालों वास्ते 12,000 उन्होंने लीज से लिया हुआ वाहन उन्हें की करे एक किले के बाउंड्री मार के जाली लवा के 8-8 फुट 10-10 फुट तो वो की है मुर्गियां रखी हुई नींबू के बूटे ला के 2,000 मुर्गियां 2,000 आंडा चक लेंदा 20 रुपये आंडा आप खादी होवे देसी मुर्गियां जो आमदन तुम जोड़ लो कि बन गई किले चलो हम आप सामने एक जो 5 लाख वाला सोच होगी तो ही 5 लाख वाले पास जावे अच्छा हम मैं तुम पूछता भी एक किले चो बंदा किन्ना कढ सकते आप एक किले चो किन्ने 100 क्विंटल गन्ना कढ सकते बीजा नहीं पंजाब की एवरेज हैगी 350 क्विंटल ठीक है दो कनाला पंच मरले चो 450 क्विंटल गन्ना कढ़िया जा सकता किन्ना 450 क्विंटल गन्ना कढ़िया जा सकता तो बेच ओद फसलां कीतियां जा सकदियां हुण जिवें गन्ना हुण ला के सितंबर के महीने च गन्ना ला के गन्ने दे विच सरों अलसी अपना छोले गंढे लसण घट्टो घट के असीं की कर सकते हाँ उहदी समझ होनी चाहीदी है सानूं मेरी एक वीडियो है मेरे चैनल पर पाई हुई है वो वीडियो का टाइटल ही है नाभे की नाभा जेल की कंध वर्गा गन्ना ठीक है उस खेत के गन्ना लग्या होया गन्ने दे विच हल्दी हल्दी तो पहला मूंगी कट ली ठीक है हुण मैं एक पिंड च कल ही गन्ना पिछवा के आया फकर साहब पिंड है मलोट को उत्थे असीं गन्ना बीजता कल एक किला बीजता एक होर बीजा जाना उत्थे ते गन्ने दे विच असीं जिहड़ा हैगा सरों अलसी छोले गंढे हरे भी ते सुके भी लसण ते अपना आलू ये सारी खेती उस एक किले च करनी है ठीक है जिहड़ियां 2.25 कनाला उस वांच गन्ने थले है उहदे चों असीं 450 क्विंटल गन्ना कढ़ना
ਹੁਣ ਤੁਸੀਂ ਕਹੋ ਵੀ 4,500 ਕੁਇੰਟਲ ਕਿਵੇਂ ਨਿਕਲੂ, ਪੂਰਾ ਉਹਦਾ ਹਿਸਾਬ ਕਿਤਾਬ ਆ। ਇੱਕ ਕਿੱਲੇ ਦੇ ਵਿੱਚ ਅਸੀਂ ਜਿਹੜਾ ਉੱਥੇ ਲਾ ਕੇ ਆਏ ਹਾਂ 4,420 ਅੱਖਾਂ ਲੱਗੀਆਂ, ਕਿੰਨੀਆਂ 4,420 ਅੱਖਾਂ ਲੱਗੀਆਂ। ਐਂ ਗੰਨੇ ਨਹੀਂ ਲੰਮੇ ਪਾਏ, ਦੋ ਅੱਖਾਂ ਦੀ ਪੋਰੀ 4,420 ਪੋੜੀਆਂ ਪਾਤੀਆਂ ਸੀ, ਠੀਕ ਹੈ। ਉਹਦੇ ਵਿੱਚੋਂ ਮੰਨ ਲਓ ਵੀ 420 ਪੋੜੀਆਂ ਜੰਮ ਗਈ, ਕਿੰਨੇ ਬੂਟੇ ਜੰਮੇ? 4,000। ਇੱਕ ਬੂਟੇ ਨੂੰ ਘੱਟੋ ਘੱਟ 10 ਗੰਨੇ ਤਾਂ ਲੱਗ ਪੈਣਗੇ, ਹੈ ਜੀ, ਅਤੇ 4×10 40,000 ਗੰਨਾ ਹੋ ਗਿਆ। ਹੁਣ ਇੱਕ ਗੰਨੇ ਨੂੰ ਘੱਟੋ ਘੱਟ ਵਜਣ 1.5 ਕਿਲੋ ਤਾਂ ਪਊਗਾ ਹੀ, ਪੈਣਾ ਚਾਹੀਦਾ ਕਿ ਨਹੀਂ 1.5 ਕਿਲੋ? ਜਿਹੜੀ ਤਰੀਕੇ ਨਾਲ ਅਸੀਂ ਲਾਉਂਦੇ ਹਾਂ ਘੱਟੋ ਘੱਟ, ਅਤੇ ਅਸੀਂ ਸੁਪਨੇ ਨਹੀਂ ਦਿਖਾਉਂਦੇ ਲੋਕਾਂ ਨੂੰ ਘੱਟੋ ਘੱਟ, ਅਤੇ ਅਗਲੇ ਨਾਲ ਗੱਲ ਕਰੀ ਤਾਂ ਘੱਟੋ ਘੱਟ 1.5 ਕਿਲੋ ਵਜਣ ਇੱਕ ਗੰਨੇ ਨੂੰ ਪਿਆ, ਅਤੇ 40,000 ਨੂੰ 1.5 ਨਾਲ ਗੁਣਾ ਕੀਤਾ ਕਿੰਨਾ ਬਣ ਗਿਆ, ਹੈ ਜੀ, ਹੈ 600 ਕੁਇੰਟਲ ਕਿੰਨਾ ਬਣੂਗਾ ਗੰਨਾ? ਅਤੇ ਮੈਂ ਕਿੰਨਾ ਕਿਹਾ ਸੀ? 450। ਹੁਣ 450 ਕੁਇੰਟਲ ਗੰਨੇ ਨੂੰ ਮਿਲ 'ਚ ਨਹੀਂ ਸੱਟ ਕੇ ਆਉਣਾ, ਉਹ ਬੰਦਾ ਉਹ ਪ੍ਰੋਸੈਸਿੰਗ ਵਾਲਿਆਂ ਕੋਲ ਗਿਆ, ਪ੍ਰੋਸੈਸਿੰਗ ਵਾਲਿਆਂ ਨੇ ਉਹਦਾ ਕੀ ਬਣਾਇਆ? ਕਿਹੜਾ? ਔਰਗੈਨਿਕ। ਔਰਗੈਨਿਕ ਦਾ ਗੁੜ ਸ਼ੱਕਰ ਦਾ ਰੇਟ ਕੀ ਹੈ? 90 ਤੋਂ 100, ਸ਼ੱਕਰ 120-130, ਤਾਂ 100 ਰੁਪਇਆ ਐਵਰੇਜ ਮੰਨ ਲਓ, 45 ਕੁਇੰਟਲ ਗੁੜ ਦਾ ਕਿੱਦਾਂ ਬਣ ਗਿਆ? 4.5 ਲੱਖ ਰੁਪਇਆ, ਠੀਕ ਹੈ। ਅਤੇ ਜਿਹੜੀਆਂ ਉਹਦੇ ਵਿੱਚ ਸਰੋਂ ਅਲਸੀ ਹੋਰ ਲੱਲਾ ਭੱਬਾ ਹੋਇਆ ਤਾਂ ਲੱਖ ਦੇ ਆਸੇ ਪਾਸੇ ਉਹ ਵੀ ਹੋਊਗਾ, ਠੀਕ ਹੈ। ਕਿੰਨੇ ਬਣ ਗਏ? 5.5 ਲੱਖ। ਹੁਣ 5.5 ਲੱਖ ਦੇ ਵਿੱਚੋਂ 2 ਲੱਖ ਉਤਲਾ ਖਰਚੇ ਕੱਢ ਦਿਓ, ਕਿੱਲਾ ਕਿੰਨਾ ਛੱਡ ਰਿਹਾ? 3.5 ਲੱਖ। ਅਤੇ ਤੁਸੀਂ ਕਿੱਲੇ 'ਚ ਕਿੰਨੇ ਦੇਖਦੇ ਹੈ? 65-70 ਲੱਖ ਦੀ ਤਾਂ ਸਾਰੀ ਫਸਲ ਹੁੰਦੀ ਹੈ ਨਾ, ਖਰਚਾ ਵੀ ਕੱਢਣਾ ਵਿੱਚੋਂ, ਤਾਂ ਇਸ ਤਰ੍ਹਾਂ ਦਾ ਸੋਚਣਾ ਪਊਗਾ। ਹੁਣ ਅੱਡੋ ਅੱਡ ਇਲਾਕਿਆਂ ਦੇ ਅੱਡੋ ਅੱਡ ਹਿਸਾਬ ਕਿਤਾਬ ਆ। ਤੁਹਾਡੇ ਇੱਥੇ ਪਾਣੀ ਦੀ ਦਿੱਕਤ ਆ, ਬਾਈ ਜੀ ਨੇ ਕਿਹਾ ਵੀ ਕੁਝ ਸਮੱਸਿਆਵਾਂ ਸਾਰੀ ਉਮਰ ਚੱਲਣੀਆਂ ਹੀ ਆਉਂਦੀਆਂ ਜੇ ਅਸੀਂ ਹੈਗੇ ਹਾਂ, ਉਹਨਾਂ ਦਾ ਹੱਲ ਕਿਸੇ ਕੋਲ ਨਹੀਂ, ਐਡੀ ਵੀ ਕੋਈ ਗੱਲ ਨਹੀਂ ਹੁੰਦੀ। ਜੇ ਸਮੱਸਿਆ ਹੋਊਗੀ ਤਾਂ ਉਹਦਾ ਹੱਲ ਵੀ ਹੋਊਗਾ, ਕਿਉਂਕਿ ਜੇ ਸਮੱਸਿਆ ਦਾ ਹੱਲ ਨਾ ਹੁੰਦਾ ਤਾਂ ਦੁਨੀਆ ਕਦੋਂ ਦੀ ਖਤਮ ਹੋ ਜਾਂਦੀ। ਸਮੱਸਿਆਵਾਂ ਆਉਂਦੀਆਂ, ਸਮੱਸਿਆਵਾਂ ਦੇ ਹੱਲ ਨਿਕਲਦੇ ਆ ਅਤੇ ਲੋਕ ਅੱਗੇ ਵੱਧਦੇ ਆ, ਠੀਕ ਹੈ। ਤਾਂ ਸਮੱਸਿਆ ਦਾ ਹਰੇਕ ਦਾ ਹੱਲ ਨਿਕਲਦਾ, ਪਰ ਉਹ ਹੱਲ ਕੱਢਣ ਵਾਸਤੇ ਤੁਹਾਨੂੰ ਕੁਦਰਤ ਦੇ ਨੇੜੇ ਹੋਣਾ ਪੈਂਦਾ, ਸਮੱਸਿਆ ਦੇ ਕਾਰਨ ਸਮਝਣੇ ਪੈਂਦੇ ਆ ਅਤੇ ਸਮੱਸਿਆ ਦੇ ਕਾਰਨਾਂ ਦਾ ਨਿਦਾਨ ਕਰਨ ਦਾ ਉਪਰਾਲਾ ਕਰਨਾ ਪੈਂਦਾ। ਝੋਨੇ ਦੇ ਵਿੱਚ ਸਮੱਸਿਆ ਲੀਫ ਬਲਾਈਟ, ਸ਼ੀਤ ਬਲਾਈਟ, ਬੈਕਟੀਰੀਅਲ ਲੀਫ ਬਲਾਈਟ ਵਾਸਤੇ 750 ਰੁਪਏ ਦੀ ਸਪਰੇ ਹੈ। ਮੈਂ ਸ਼ੀਤ ਬਲਾਈਟ ਬਾਰੇ ਇੱਕ ਵੀਡੀਓ ਬਣਾ ਕੇ ਪਾਤੀ ਵੀ ਸੂਡੋਮੋਨਾਸ ਨੂੰ ਮਲਟੀਪਲਾਈ ਕਰਕੇ ਫਸਲ ਦੇ ਉੱਤੇ ਛਿੜਕੋ, ਉੱਲੀ ਰੋਗ ਅਨੇਕ ਇਲਾਜ ਏਕ, ਤੁਹਾਡੀ ਫਸਲ ਸਾਰੇ ਤਰ੍ਹਾਂ ਦੇ ਉੱਲੀ ਰੋਗਾਂ ਤੋਂ ਮੋਟੇ ਤੌਰ 'ਤੇ ਬਚ ਜੂਗੀ। 3-4 ਦੀ ਗੱਲ ਸੀ ਉਹਦੇ 'ਚ। ਵੀਡੀਓ ਥੱਲੇ ਕਮੈਂਟ ਆਏ ਬਾਈ BLB ਦਾ ਵੀ ਦੱਸੋ। ਹੁਣ ਮੈਂ BLB ਬਾਰੇ ਕੋਈ ਬਾਹਲਾ ਜਾਣਦਾ ਜੁਣਦਾ ਹੈ ਨਹੀਂ ਸੀ, ਕਿਉਂਕਿ ਮੇਰੇ ਧਿਆਨ 'ਚ ਵੀ ਨਹੀਂ ਆਈ ਸੀ ਕਦੇ BLB ਵਾਲੀ ਸਮੱਸਿਆ। ਫਿਰ ਮੈਂ ਉਹਦੇ ਬਾਰੇ ਲੱਭਣ ਲੱਗਿਆ, ਬੈਕਟੀਰੀਅਲ ਲੀਫ ਬਲਾਈਟ। ਕਲੀਅਰ ਹੋ ਗਿਆ ਵੀ ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ। ਪੱਤੇ ਧਾਰੀਆਂ ਜਾਂ ਪੈ ਕੇ ਸੁੱਕਣੇ ਸ਼ੁਰੂ ਹੋ ਜਾਂਦੇ ਆ ਅਤੇ ਬੂਟਾ ਸਾਰਾ ਹੀ ਖਤਮ ਹੋ ਜਾਂਦਾ। ਫਿਰ ਇਹਦਾ ਹੱਲ ਕੀ ਹੋ ਸਕਦਾ? ਉਹਦੇ 'ਤੇ ਸੋਚਣਾ ਸ਼ੁਰੂ ਕੀਤਾ। ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ ਤਾਂ ਕਿਹਨੂੰ ਕਾਬੂ ਕਰਨਾ? ਫਿਰ ਬਿਮਾਰੀ ਨੂੰ ਕਿ ਬੈਕਟੀਰੀਆ ਨੂੰ? ਬੈਕਟੀਰੀਆ ਕਾਹਦੇ ਨਾਲ ਕਾਬੂ ਆਉਂਦਾ? ਐਂਟੀਬਾਇਓਟਿਕ ਨਾਲ।
फिर एंटीबायोटिक की है जो घर च पिया हल्दी ते बटकड़ी तीन प्रॉपर्टीज इन्हां दे विच एंटीबायोटिक एंटी फंगल एंटीसेप्टिक। मैं एक फार्मूला बनाया 300 ग्राम फटकड़ी ते 200 ग्राम हल्दी पीसी हुई 6 लीटर पानी च चंगी तरह घोलो ते फिर उन्हूं 25-25 लीटर वाले चार जां 16-16 लीटर वाले 6 पंपां च वंड के एक एकड़ फसल ते छिड़को 70 रुपया च बीएल भी कटो। ये बारे मैं वीडियो च कहा भी ये करके देखो तजर्बा उदू बाद मैं रिजल्ट दस मैं भी सिफारिश नहीं तजर्बा कानून क्या। उस दौरान एक किसान का मैं फोन आ गया कोट करोड़ कल तो बासमती 1401 सब तो ज्यादा बीमारी उन्होंने पैंती है उन्होंने बीमारी पै गई बूटे पीले पै गए सुकन की। मैं कहता गुरप्रीत जी आह गल बन गई मैं क्या बाबा जी बराह कर लो उन्होंने वो स्परे करती स्परे ने चौथे दिन रिजल्ट दिखाता तो मैं फोन आ गया 70 रुपया च अगले का मसला हल हो गया तो लगने किन्ने 750 ठीक है। हूँ लोगों ने मैं फोन कर करके भी दसिया भी एमी स्टोर टॉप छिड़कली फलानी छिड़कली साढ़े फंगस की हटी तो फंगस हटी कहदे नाल ठीक है बुढ़ा वाला तेला झोने के चिट्टा मच्छर नरमे के हरा तेला भी पंसारी तो तीन चीजा मिलती है पंसारी तो तीन चीजा मिलती हैं एक आयुर्वेदिक ग्रंथ है वृक्ष आयुर्वेद उहदे विच इह फार्मूला लिखा अमृत धारा 30 ग्राम कपूर 30 ग्राम अजवाइन का सत 30 ग्राम पुदीने का सत तिने चीजा पंसारी दो प्लास्टिक लिफाफे च अड्डो अड्ड रब चढ़ा के दो 30 ग्राम कपूर का कपूर प्योर कपूर 30 ग्राम अजवाइन का सत 30 ग्राम पुदीने का सत टिक्किया नहीं लेना उन्होंने कहा भी कच्चा कपूर दे प्योर तोड़ के लेना गिन के नहीं लेना ठीक है। ये 250 तो लैके 280 रुपया च मड़ देंगे पंसारी नकदी लाने ये तिने चीजा एक एक करके कच की पूरे टाइट ढक्कन वाली बोतल च पा देना बोतल च पलट के तिने चीजा ढक्कन कस के बंद कर देना बोतल में एक साइड से रख दे 4-12 घंटिया च यह तिने चीजा आपस के लड़ के पानी च बदल जाएगी पानी नहीं पाना ठीक है तिने चीजा पा देनिया इन्हों का आपे ही पानी बनना कच की बोतल कच की बोतल जो ये तिने चीजा पानी बन गई इनू कहते अमृत धारा तुम समझ लो 9 कनाला की डोज आए इनू छिड़कन का की रूल है जड़ा छोटा पंप आ 16 लीटर वाला उहदे च पाओ 12 ml पंप की ते वड्डे च पाओ 18-74 वड्डे च पाओ 18 ml ठीक है। पाउण का तरीका की है पहला पानी पालो अद तक फिर दवाई पाओ फिर पानी पाओ ढक्कन बंद करो तो स्प्रे करो जिहड़ा छिड़कू उहनू टंग चढ़ू ते भाई तेला कितने मिलू खड़े होकर पिछले साल करेला खाल चाहिए ठीक है 15-20 मिनट आ गया रिजल्ट वाला ते उदू बाद उत्ते आउंदा भी नहीं यह भी गल क्लीयर है किन्ने रुपया थोड़ा बुढ़ा तेला खत्म हो गया 250-300 रुपये दे ये जहर है जे थोड़ा कुछ दुखदा तो इनू उत्थे मलो आए जे थोड़ा पेट खराब है तो थोक फूकदा इंदियां
थोड़े जे पानी च पा के पी लो ठीक है, जेड़ी वह छिड़कते हो थो बीमार करू है ठीक करू, छिड़कते छिड़कते बंदा भी ठीक ते तेला भी ओके ठीक है। चिट्टा मच्छर उतो गायब ही हो जाता ठीक है। मैं दसदा यहोजी चीजा समस्या हैगी, समस्या के हल भी है।